ਮਨਦੀਪ ਮੰਨਨ ਨੂੰ ਕਿਉਂ ਲੱਗਾ ਵੀ ਕੈਪਟਨ ਮਰਿੰਦਰ ਸਿੰਘ ਨੇ ਵੀ ਜੋ ਬਿਆਨ ਨਵਜੋਤ ਸਿੰਘ ਸਿੱਧੂ ਬਾਰੇ ਦਿੱਤਾ ਹੁਣ ਇਹਦੇ ਵਿੱਚ ਮੇਰੀ ਐਂਟਰੀ ਜ਼ਰੂਰੀ ਹੈ ਮੈਂ ਕਹਿਣਾ ਕਿ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਇਹ ਸਵਾਲ ਕਰਦੇ ਨੇ ਕਿ ਤੈਨੂੰ 4 ਸਾਲ ਹੋਏ ਤੈਨੂੰ ਮੈਂ ਮੰਤਰੀਆਂ ਦੇ ਉੱਤੇ ਥੋੜੀ ਬਿਠਾ ਦੇਣਾ 97 'ਚ ਕੈਪਟਨ ਸਾਹਿਬ ਨੂੰ ਕਾਲੀ ਦਲ ਤੋਂ ਟਿਕਟ ਨਹੀਂ ਮਿਲਦੀ 2000 ਦੇ ਵਿੱਚ ਉਹ ਕਾਂਗਰਸ ਜੁਆਇਨ ਕਰਦੇ ਨੇ ਆਪ ਤੇ 2002 'ਚ ਮੁੱਖ ਮੰਤਰੀ ਬਣ ਕੇ ਫਿਰ ਉਦੋਂ ਕਿਸੇ ਨੇ ਸਵਾਲ ਨਹੀਂ ਕੀਤਾ ਜਿੰਨੀ ਨੈਗੇਟਿਵਿਟੀ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਆ ਉਹ ਨਹੀਂ ਕਾਂਗਰਸ ਦੀ ਨਹੀਂ ਹੈਗੀ ਕਹਿੰਦੇ ਆ ਵੀ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਬੰਦਾ ਸਾਡੀ ਪਾਰਟੀ ਸਵਾਗਤ ਕਰਦੀ ਸਾਡੀ ਕਰਦੀ ਐ ਤੁਸੀਂ ਤੇ 20 ਫਾਈਲਾਂ ਚੱਕੀ ਫਿਰਦੇ ਹੋ ਕ腐ਸ਼ਨ ਵਾਲੀ ਥੱਲੀ ਸਾਹਿਬ ਇਹ ਮੇਰੇ ਖਿਆਲ ਆਪਾਂ 9ਵੀਂ 10ਵੀਂ ਮੰਜ਼ਲ ਤੇ ਆ ਜੇ ਨਵਜੋਤ ਸਿੰਘ ਸਿੱਧੂ ਦੀਆਂ ਫਾਈਲਾਂ ਗਲਤ ਨੇ ਮੇਰੇ ਕੋਲ ਤੇ ਸਿੱਧੂ ਸਾਹਿਬ ਕੋਲ ਤੇ ਟੌਪ ਟੌਪ ਦੇ ਵਕੀਲ ਨੇ ਫਾਦਰ ਇਹਨਾਂ ਤੇ ਐਡਵੋਕੇਟ ਜਰਨਲ ਰਹੇ ਇਹਨਾਂ ਦੇ ਕਈ ਚੱਲੇ ਹੋਣਗੇ ਮੈਨੂੰ ਕੋਰਟ ਚ ਖਸੀਡ ਲੈਣ ਲਓ ਮੈਂ ਤੁਹਾਡੇ ਨਾਲ 20 ਫਾਈਲਾਂ ਮੈਂ ਤੁਹਾਡੇ ਅੱਗੇ ਰੱਖ ਦਣਾ ਜਿੰਨੀਆਂ ਵੀ 20 18 19 ਜਿੰਨੀਆਂ ਵੀ ਆਗੀਆਂ ਨੇ ਜੇ ਉਹ ਫਾਈਲਾਂ ਦੇ ਵਿੱਚ ਤੁਸੀਂ ਅੱਖੀ ਨਾ ਮੰਨੋ ਵੀ ਇਹਦੀ ਗਲਤੀ ਹੈਗੀ ਆ ਤੇ ਇਹ ਸਿੱਧੀ ਸਿੱਧੀ ਕ腐ਸ਼ਨ ਹੈਗੀ ਤੇ ਮੈਂ ਇਥੋਂ ਨੌਵੀਂ ਮੰਜ਼ਲ ਤੋਂ ਛਾਲ ਮਾਰ ਦੂੰ। 20 ਫਾਈਲਾਂ ਤੁਹਾਡੇ ਕੋਲ ਐ ਤਾਂ ਕੀ ਕੋਈ ਅਜਿਹਾ ਮਾਈ ਦਾ ਲਾਲ ਵਕੀਲ ਹੀ ਨਹੀਂ ਹੈਗਾ ਜਿਹੜਾ ਉਹਨਾਂ ਫਾਈਲਾਂ ਦੇ ਬੇਜ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਅੰਦਰ ਕਰਾ ਦੇ ਜੇ ਤੁਸੀਂ ਚੈਲੰਜ ਕਰਦੇ ਹੋ ਅਦਾਲਤ ਕੋਟਾਂ ਦਾ ਤਾਂ ਉਹ ਵੀ ਕਰ ਦੇਗਾ ਵੀ ਜੇ ਤੁਹਾਡੇ ਕੋਲ 20 ਫਾਈਲਾਂ ਤਾਂ ਉਹ 20 ਫਾਈਲਾਂ ਦੇ ਆਧਾਰ ਤੇ ਮੈਨੂੰ ਸਜ਼ਾ ਦਿਵਾ ਕੇ ਦਿਖਾਓ। 2 ਸਾਲ ਨਵਜੋਤ ਸਿੰਘ ਸਿੱਧੂ ਭੋਰੇ ਚ ਰਹਿੰਦੇ ਨੇ। 2 ਸਾਲ ਨਵਜੋਤ ਸਿੰਘ ਸਿੱਧੂ ਗਾਇਬ ਰਹਿੰਦੇ ਨੇ। ਨਵਜੋਤ ਸਿੰਘ ਸਿੱਧੂ ਨੂੰ ਉਹ 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 ਦਰਦ ਉਹਨਾਂ ਚਿਰ ਕਿਹੜੀ ਦਵਾਈ ਖਾਂਦੇ ਰਹੇ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹਨੂੰ ਦਰਦ ਨਹੀਂ ਸੀ ਹੋ ਰਿਹਾ ਮਨਦੀਪ ਮੱਨਾ ਜਦੋਂ ਨਵਜੋਤ ਸਿੱਧੂ ਦੀ ਐਂਟਰੀ ਹੋ ਜਾਂਦੀ ਹੈ ਕਹਿੰਦੇ ਉਦੋਂ ਹੀ ਬੋਲਦਾ ਵੀ ਇਦੀ ਕੋਈ ਆਪਸੀ ਤੁਹਾਡੀ ਰੰਜਿਸ਼ ਵੀ ਹੈਗੀ ਆ ਘਰੇਲੂ ਝਗੜਾ ਵੀ ਆ ਕੋਈ ਨਵਜੋਤ ਸਿੱਧੂ ਦੇ ਨਾਲ ਮਨਦੀਪ ਸਿੰਘ ਮੱਨਾ ਦਾ ਕੁਮਰ ਵਿਜੇ ਪ੍ਰਤਾਪ ਸਿੱਧੂ ਸਾਹਿਬ ਨੂੰ ਮੈਸੇਜ ਕਰਦੇ ਨੇ ਕਿ ਸਿੱਧੂ ਸਾਹਿਬ ਤੁਸੀਂ ਸਰਕਾਰ 'ਚ ਮੰਤਰੀ ਹੋ ਮੈਨੂੰ ਹੈਲਪ ਦੀ ਲੋੜ ਹੈ ਤੇ ਸਿੱਧੂ ਸਾਹਿਬ ਤੇ ਉਹਨਾਂ ਨੂੰ ਰਿਪਲਾਈ ਤੱਕ ਨਹੀਂ ਕਰਦੇ ਰਹੇ ਤੁਸੀਂ ਕੁਮਰ ਵਿਜੇ ਪ੍ਰਤਾਪ ਤੇ ਝੂਠ ਨਹੀਂ ਨਾ ਬੋਲਣਗੇ ਇਹ ਇਹਦੀ ਪੁਸ਼ਟੀ ਉਹਨਾਂ ਕੋ ਕਰ ਲਿਓ ਜੀ ਸਿੱਧੂ ਸਾਹਿਬ ਨੂੰ ਕਿੰਨਾ ਕੁ ਦਰਦ ਸੀਗਾ ਬੇਦਬੀ ਦਾ 2 ਸਾਲ ਤੁਸੀਂ ਕਿਵੇਂ ਦਾਵਾ ਕਰਦੇ ਹੋ ਫਿਰ ਮੈਂ ਅੱਖੀ ਦੇਖ ਮੈਂ ਮੈਂ ਉਹਨਾਂ ਨੂੰ ਮੈਂ ਦੇਖੇ ਨੇ ਜੀ ਮੈਂ ਦੇਖੇ ਨੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਉਹਨਾਂ ਨੂੰ ਪੁੱਛ ਲਓ ਤੁਸੀਂ ਦੇਖੋ ਸਿੱਧੂ ਸਾਹਿਬ ਜੀ ਐਡੇ ਦਲੇਰ ਹੋਣ ਮੈਨੂੰ ਕੋਈ ਟਵੀਟ ਕੋਈ YouTube ਤੇ ਉਹਨਾਂ ਦੀ ਵੀਡੀਓ ਜੇ ਚੋਨੇ ਸਿੱਧੀਆਂ ਨਰਿੰਦਰ ਮੋਦੀ ਦਾ ਨਾਂ ਲੈ ਕੇ ਗਾਲਾਂ ਕੱਢੀਆਂ ਉਹ ਜਿਹਨੂੰ ਬੋਲੇ ਹੁਣ ਮਾੜਾ ਚੰਗਾ ਕੇਂਦਰ ਨੇ ਆਹ ਕਰਤਾ ਕੇਂਦਰ ਨੇ ਆਹ ਕਰਤਾ ਤੁਹਾਨੂੰ ਨਹੀਂ ਪਤਾ ਕੌਣ ਕਰ ਰਿਹਾ ਅੱਜ ਤੁਸੀਂ ਕੈਪਟਨ ਨੂੰ ਪੁੱਛ ਰਹੇ ਹੋ ਬਾਦਲਾਂ ਦਾ ਨਾਂ ਸਿੱਧਾ ਕਿਉਂ ਨਹੀਂ ਆ ਰਿਹਾ ਤੇ ਤੈਨੂੰ ਨਾਂ ਲੈਣੇ ਨਹੀਂ ਆਉਂਦੇ ਹੁਣ ਫਿਰ ਇਹ ਮੰਨੀਆ ਕਿ ਚੱਲਿਏ ਬਈ ਇੱਥੇ ਇਨਸਾਫ਼ ਹੈ ਹੀ ਨਹੀਂ ਆ ਫਿਰ ਫਸਈਆ ਵੀ ਨੌਜਵਾਨ ਜਿਹੜੇ ਆਈਲੈਂਡਸ ਕਰਕੇ ਜਾ ਰਹੇ ਆ ਬਈ ਚੱਲ ਜੋ ਇੱਥੋਂ ਯਾਰ ਠੀਕ ਹੈ ਵਧੀਆ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਕੰਮ ਚੱਲਦਾ ਹੋ ਜਾਊਗਾ ਤੇ ਨਾਲੇ ਆਪਣਾ ਇੱਥੋਂ ਨਿਕਲੋ ਇਹੀ ਕਿਹਾ ਜਾ ਸਕਦਾ ਫ ਇਮੀਗ੍ਰੇਸ਼ਨ ਦਾ ਕੰਮ ਨਹੀਂ ਚੱਲਣਾ ਮੈਂ ਹੁਣ ਤੁਹਾਨੂੰ ਇਹ ਵੀ ਨਵਾਂ ਖਲਾਸਾ ਇੱਕ ਕਰ ਦਮਾ। ਵੀ ਜਦੋਂ ਕੋਈ ਨਵਜੋਤ ਸਿੰਘ ਸਿੱਧੂ ਬੋਲਦਾ ਤਾਂ ਉਹ ਤੋਂ ਬਾਅਦ ਮਨਦੀਪ ਮੰਨੇ ਦੀ ਪ੍ਰੋਫਾਈਲ ਜ਼ਰੂਰ ਵੇਖਿਆ ਕਰੋ ਪੇਜ ਦੇ ਉੱਤੇ ਉਹਦੇ ਖਿਲਾਫ ਕੋਈ ਨਾ ਕੋਈ ਵੀਡੀਓ ਜ਼ਰੂਰ ਪੈਣੀ ਹੈ ਤੇ ਕਹਿੰਦੇ ਉਹ ਦਿਨ ਵੀ ਸਾਨੂੰ ਦੱਸ ਦਿਓ ਵੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਪੱਖ 'ਚ ਵੀਡੀਓ ਪਾਉਂਗੀ ਉਹ ਕਦੋਂ ਦਿਨ ਆਊਗਾ ਕਿਵੇਂ ਆਊਗਾ ਤੁਸੀਂ ਮੇਰੇ ਨਾਲ ਕੱਲ ਕੈਮਰਾ ਫੜੋ ਤੇ ਆਪਾਂ ਸਿੱਧੂ ਸਾਹਿਬ ਦੇ ਘਰ ਚੱਲੀਏ ਪਟਿਆਲੇ ਮਨਦੀਪ ਸਿੰਘ ਮੰਨਾ ਇੱਕ ਅਜਿਹਾ ਨਾਂ ਜਿਹੜਾ ਹਰ ਇੱਕ ਮਸਲੇ ਦੇ ਉੱਤੇ ਵਿਵਾਦ ਬੋਲਦਾ ਤੇ ਲੋਕ ਸੁਣਦੇ ਵੀ ਨੇ ਪਸੰਦ ਵੀ ਕਰਦੇ ਨੇ ਤੇ ਜਿੱਥੇ ਪਸੰਦ ਕਰਦੇ ਨੇ ਤਾਂ ਉੱਥੇ ਜਦੋਂ ਇੱਕ ਵਿਅਕਤੀ ਬੋਲਦਾ ਤੇ ਵੱਡੇ ਪੱਦਰ ਤੇ ਸੁਣਦੇ ਨੇ ਤਾਂ ਆਲੋਚਨਾ ਵੀ ਹੁੰਦੀ ਹੈ ਹਾਲ ਹੀ ਦੇ ਵਿੱਚ ਮਨਦੀਪ ਸਿੰਘ ਮੰਨਾ ਕੈਪਟਨ ਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿੱਤੇ ਬਿਆਨ ਦੇ ਉੱਤੇ ਬੋਲਦੇ ਨੇ ਤੇ ਉਸ ਲੜਾਈ ਦੇ ਵਿੱਚ ਐਂਟਰੀ ਮੰਨਾ ਦੀ ਹੁੰਦੀ ਹੈ ਤੇ ਬਹੁਤ ਸਾਰੇ ਸਵਾਲ ਨਵਜੋਤ ਸਿੰਘ ਸਿੱਧੂ ਨੂੰ ਕੀਤੇ ਜਾਂਦੇ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਸੋ ਉਸੇ ਗੱਲ ਨੂੰ ਲੈ ਕੇ ਅਸੀਂ ਮਨਦੀਪ ਸਿੰਘ ਮੰਨਾ ਦੇ ਨਾਲ ਅੱਜ ਗੱਲਬਾਤ ਕਰਨੀ ਹੈ ਸੋ ਸਾਡੇ ਨਾਲ ਨੇ ਮਨਦੀਪ ਮੰਨਾ ਬਹੁਤ ਸਵਾਗਤ ਹੈ ਜੀ ਸikal ji ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਜਗਦੀਪ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਲੋਕਾਂ 'ਚ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਜੀ ਮਨਦੀਪ ਮੰਨਨ ਨੂੰ ਕਿਉਂ ਲੱਗਾ ਵੀ ਕੈਪਟਨ ਮਰਿੰਦਰ ਸਿੰਘ ਨੇ ਵੀ ਜੋ ਬਿਆਨ ਨਵਜੋਤ ਸਿੰਘ ਸਿੱਧੂ ਬਾਰੇ ਦਿੱਤਾ ਹੁਣ ਇਹਦੇ ਵਿੱਚ ਮੇਰੀ ਐਂਟਰੀ ਜ਼ਰੂਰੀ ਹੈ ਮੇਰੀ ਉਹਨਾਂ ਦੇ ਬਿਆਨ ਚ ਐਂਟਰੀ ਜ਼ਰੂਰੀ ਨਹੀਂ ਹੈ ਭਾਜੀ ਉਹ ਕੀ ਬੋਲਦੇ ਨੇ ਇੱਕ ਦੂਜੇ ਨੂੰ ਮੇਰੀ ਐਂਟਰੀ ਇਸ ਕਰਕੇ ਜ਼ਰੂਰੀ ਸੀ ਕਿ ਤੁਸੀਂ ਇੱਕ ਦੂਜੇ ਨਾਲ ਲੜ ਰਹੇ ਹੋ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਤੋਂ ਪਹਿਲਾਂ ਤੁਹਾਡੀਆਂ ਕਈ ਵਾਰੀ ਸੁਲਾ ਦੀਆਂ ਗੱਲਾਂ ਚੱਲੀਆਂ ਕਈ ਵਾਰੀ ਤੁਸੀਂ ਲੰਚ ਕੀਤਾ ਕਈ ਵਾਰੀ ਤੁਸੀਂ ਡਿਨਰ ਕੀਤਾ ਮੇਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਮਕਸਦ ਸੀਗਾ ਕਿ ਇਹਨਾਂ ਤੋਂ ਸਵਾਲ ਤੇ ਕਰੋ ਕਿ ਅੱਜ ਦੀ ਤਰੀਕ ਚ ਤੁਸੀਂ ਕਰੋਨਾ ਦੀ ਇੰਨੀ ਦਹਿਸ਼ਤ ਬਣਾ ਦਿੱਤੀ ਲੋਕ ਆਕਸੀਜਨ ਲਈ ਮਰ ਰਹੇ ਨੇ ਲੋਕ ਜਿਹੜੇ ਟੀਕੇ ਲੱਗਣੇ ਨੇ ਉਹਨਾਂ ਲਈ ਮਰ ਰਹੇ ਨੇ ਕਿ ਜਿਹੜੇ ਕੋਵਿਡ ਪੇਸ਼ੈਂਟ ਨੂੰ ਟੀਕੇ ਲੱਗਦੇ ਉਹ ਨਹੀਂ ਮਿਲ ਰਹੇ ਕਿਤੇ ਬਲੈਕ ਚ 4-4 ਹਜ਼ਾਰ ਦਾ ਜਿਹੜਾ 40-40 ਹਜ਼ਾਰ ਦਾ ਟੀਕਾ ਉਹ ਮਿਲ ਰਿਹਾ 4-400 ਵਾਲਾ ਮੰਡੀਆਂ ਚ ਕਿਸਾਨ ਰੋਲ ਰਿਹਾ ਤੁਹਾਡੇ ਕੋਲ ਬਾਰਦਾਨਾ ਨਹੀਂ ਲੋਕ ਬੇਰੋਜ਼ਗਾਰੀ ਦੇ ਵਿੱਚ ਤੁਸੀਂ ਜਿਹੜਾ ਲੋਕਡਾਊਨ ਲਾ ਦਿੱਤਾ ਦੁਬਾਰਾ ਹੁਣ 5 ਵਜੇ ਤੋਂ ਕਰ ਦਿੱਤਾ ਲੋਕ ਭੁੱਖ ਮਰੀ ਨਾਲ ਮਰ ਰਹੇ ਨੇ ਇਨ੍ਹਾਂ ਚੀਜ਼ਾਂ ਤੇ ਧਿਆਨ ਜਿਹੜਾ ਤੁਹਾਡਾ ਜ਼ਿਆਦਾ ਦੇਣਾ ਜ਼ਰਾ ਜ਼ਰੂਰੀ ਹੈ ਕਿ ਤੁਹਾਡਾ ਆਪਸੀ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਤੇ 2022 ਚ ਆਪਣਾ ਰਾਹ ਪੱਧਰਾ ਕਰਨਾ ਇੱਕ ਪਾਸੇ ਤੇ ਮਹਾਮਾਰੀ ਹੈ ਤੇ ਤੁਹਾਨੂੰ ਤੇ ਇਲੈਕਸ਼ਨ ਸੁਚਣੀ ਨਹੀਂ ਚਾਹੀਦੀ ਫਿਰ ਮੈਂ ਇਸ ਕਰਕੇ ਲੋਕਾਂ ਨੂੰ ਇਹ ਸੁਚੇਤ ਕੀਤਾ ਕਿ ਯਾਰ ਮੈਨੂੰ ਦੱਸੋ ਤੇ ਸਹੀ ਦੁਬਾਰਾ 2017 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਸੌਂ ਖਾਂਦੇ ਨੇ ਗੁਟਕਾ ਫੜ ਕੇ ਮਤ ਸੋਚੋ ਵੋਟਾਂ ਕੈਪਟਨ ਮਰਿੰਦਰ ਸਿੰਘ ਨੂੰ ਪਈਆਂ ਸੀਗੀਆਂ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਮੰਦਰ ਗੁਰਦੁਆਰੇ ਦੀ ਗੁਰੂ ਗ੍ਰੰਥ ਸਾਹਿਬ ਦੀ ਰਮਾਇਣ ਦੀ ਸੌ ਐਡੀ ਪਾਕ ਪਵਿੱਤਰ ਗਣੀ ਜਾਂਦੀ ਹੈ ਕਿ 3 ਪੁੱਤ ਤੋਂ ਉੱਤੇ ਉਸ ਸੌ ਨੂੰ ਗਿਣਿਆ ਜਾਂਦਾ ਕਿ ਗੁਰੂ ਸਾਹਿਬ ਦੀ ਸੌ ਕਿ ਤੁਹਾਡਾ ਮੇਰਾ ਕਿਸੇ ਗੱਲ ਦਾ ਝਗੜਾ ਉਹ ਤਾਂ ਜੇ ਨਤਾਰਾ ਨਹੀਂ ਹੋ ਸਕਦਾ ਕੋਈ ਇੱਕ ਦੂਜੇ ਦੇ ਖਿਲਾਫ ਸਬੂਤ ਨਹੀਂ ਹੈਗੇ ਸੌਲਿਡ ਜਿਹੜੀ ਐਵੀਡੈਂਸ ਹੈ ਤੇ ਅਸੀਂ ਕੀ ਕਰਦੇ ਹਾਂ ਕਿ ਗੁਰੂ ਘਰ ਜਾ ਕੇ ਸੌ ਖਾਜੋ ਤੇ ਲੋਕੀ ਉੱਥੇ ਰਕਮਾਂ ਦੀਆਂ ਰਕਮਾਂ ਗੁਰੂ ਘਰ ਦੇ ਨਾਂ ਦੇ ਉੱਤੇ ਛੱਡ ਦਿੰਦੇ ਨੇ ਕਿ ਤੈਨੂੰ ਦਿੱਤੀ ਉਹ ਵੋਟ ਪਈ ਸੀ ਗੁਟਕਾ ਸਾਹਿਬ ਦੇ ਨਾਂ ਦੇ ਉੱਤੇ ਔਰ ਜਿਹੜੇ ਜਿਹੜਾ ਪੱਤਾ ਕੈਪਟਨ ਮਰਿੰਦਰ ਸਿੰਘ ਨੇ ਖੇਡਿਆ ਸੀ ਮੇਰੇ ਮਨ ਦੇ ਵਿਚਾਰ ਨੇ ਮੈਂ ਕੋ ਨਜੂਮੀ ਨਹੀਂ ਮੈਂ ਕੋ ਮਤਲਬ ਬੜਾ ਵੱਡਾ ਮਤਲਬ ਇਹ ਨਹੀਂ ਕਿ ਮੈਨੂੰ ਬੁੱਧੀਜੀਵੀ ਤੁਸੀਂ ਕਹਿ ਸਕਦੇ ਹੋ ਮੇਰੇ ਮਨ ਦਾ ਇੱਕ ਵਿਚਾਰ ਸੀਗਾ ਕਿ ਯਾਰ ਇਹਦੇ ਚ ਨਿਚੋੜ ਕੱਢੋ ਮੈਂ ਜੋ ਮਹਿਸੂਸ ਕਰਦਾ ਕਿ 2017 ਦੇ ਵਿੱਚ ਬਰਗਾੜੀ ਤੇ ਜਿਹੜੀ ਬਦਬੀ ਹੋਈ ਉਹਦੇ ਨਾਂ ਦੇ ਉੱਤੇ ਚੋਣ ਜਿੱਤੀ ਗਈ ਹੈ ਔਰ ਉਹਦੇ ਵਿੱਚ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਿਆ 4 ਸਾਲ ਤੋਂ ਔਰ ਹੁਣ ਮੈਂ ਮਹਿਸੂਸ ਕਰਦਾ ਮੈਂ ਕਿ ਸਾਰਾ ਪੰਜਾਬ ਹੀ ਕਰ ਰਿਹਾ ਕੈਪਟਨ ਦੇ ਆਪਣੇ ਮੰਤਰੀ ਐਮ ਐਲ ਏ ਵੀ ਕਰ ਰਹੇ ਆ ਕਿ ਜਿੰਨੀ ਨੈਗੇਟਿਵਿਟੀ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਆ ਉਹ ਨਹੀਂ ਕਾਂਗਰਸ ਦੀ ਨਹੀਂ ਹੈਗੀ ਉਹ ਨਹੀਂ ਬਾਕੀ ਲੀਡਰਾਂ ਦੀ ਨਹੀਂ ਹੈਗੀ ਬਾਕੀ ਲੀਡਰ ਵੀ ਕੀ ਕਰ ਰਹੇ ਆ ਡਰਾਮਾ ਕਰ ਰਹੇ ਆ ਅਸਤੀਫਾ ਦਿੱਤਾ ਅਸੀਂ ਕੈਪਟਨ ਨੂੰ ਬਾਰ ਬਾਰ ਕਹਿੰਨੇ ਬੇਦਬੀ ਤੇ ਇਨਸਾਫ ਕਰੋ ਐਮਐਲਏ ਵੀ ਜਾ ਕੇ ਅੰਦਰ ਬੋਲ ਰਹੇ ਨੇ ਉਹ ਇਸ ਕਰਕੇ ਕਿ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਲੋਕਾਂ 'ਚ ਜਾਣਾ ਔਖਾ ਵਾ ਅਸੀਂ ਲੋਕਾਂ ਤੱਕ ਇਹ ਮੈਸੇਜ ਜਾਣਾ ਦੇਣਾ ਚਾਹੁੰਦੇ ਆ ਵੀ ਕੈਪਟਨ ਮਰਿੰਦਰ ਸਿੰਘ ਨੇ ਆਪਣੀ ਮਰਜ਼ੀ ਕੀਤੀ ਅਸੀਂ ਬੇਦਬੀ ਤੇ ਇਨਸਾਫ ਚਾਹੁੰਦੇ ਸੀਗੇ ਸੇਮ ਪੱਤਾ ਕਾਂਗਰਸ ਜਿਹੜੀ ਆ ਉਹ ਹੁਣ ਮੇਰਾ ਖਿਆਲ ਹੈ ਕਿ ਆਪਣਾ ਚਿਹਰਾ ਬਦਲ ਦੂਗੀ ਜੇ ਕੈਪਟਨ ਦੀ ਜਿਆਦਾ ਨੈਗੇਟਿਵਿਟੀ ਆ ਤਾਂ ਕਿਸੇ ਹੋਰ ਕੋੜ ਸਵਾਰ ਨੂੰ ਆਪਣਾ ਕਪਤਾਨ ਬਣਾ ਲੂਗੀ ਉਹਦੇ ਤੇ ਕਾਂਗਰਸ ਦੁਬਾਰਾ ਇਹ ਸੇਮ ਪੱਤਾ ਖੇਡੂਗੀ ਕਿ ਬਦਵੀ ਦੇ ਉੱਤੇ ਕੈਪਟਨ ਕੁਝ ਨਹੀਂ ਕਰ ਸਕਿਆ ਐਮਐਲਏ ਵੀ ਚਾਹੁੰਦੇ ਸੀ ਮੰਤਰੀ ਵੀ ਚਾਹੁੰਦੇ ਸੀ ਲਓ ਇਹਨੂੰ ਅਸੀਂ ਬਦਲ ਕੇ ਪਾਸੇ ਰੱਖਦੇ ਆਂ ਤੇ ਇਹ ਇਹ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਆ ਮੈਂ ਇਹਦੇ ਕਰਕੇ ਬੋਲਿਆ ਸੀਗਾ ਔਰ ਮੈਂ ਲੋਕਾਂ ਨੂੰ ਸੁਚੇਤ ਕੀਤਾ ਦੂਜੀ ਚੀਜ਼ ਅੱਜ ਮੈਂ ਤੁਹਾਡੇ ਮਾਧਿਅਮ ਰਾਈ ਵੀ ਕਹਿਣਾ ਚਾਹਨਾ ਦੁੱਖ ਵੀ ਜ਼ਰੂਰ ਲੱਗੂਗਾ ਮਤਲਬ ਸਾਰਿਆਂ ਨੂੰ ਕਿ ਯਾਰ ਬਦਵੀ ਹੋਈ 1984 ਦੇ ਵਿੱਚ ਦੰਗੇ ਹੋਏ ਸੀ ਅੱਜ 40 ਸਾਲ ਹੋ ਗਏ ਨੇ ਗੁਜਰਾਤ ਦੰਗੇ ਹੋਏ ਸੀ ਯੂਪੀ 'ਚ ਦੰਗੇ ਹੋਏ ਸੀ ਅੱਜ ਤੱਕ ਉਹਨਾਂ ਦੇ ਉੱਤੇ ਇਨਸਾਫ ਮਿਲਿਆ ਤੁਹਾਨੂੰ ਇਹ ਤੇ ਵੱਡੇ ਲੋਕ ਨੇ ਜਿਹੜੇ ਉਹਨਾਂ ਦੰਗਿਆਂ 'ਚ ਸੀ ਕਿਤੇ ਪੀਐਮ ਦਾ ਨਾਮ ਆਉਂਦਾ ਸੀ ਕਿਤੇ ਯੂਪੀ ਵਾਲੇ ਦੇ ਮੁੱਖ ਮੰਤਰੀ ਦਾ ਆਉਂਦਾ ਸੀ 84 ਵਾਲਿਆਂ 'ਚ ਰਜੀਵ ਗਾਂਧੀ ਦਾ ਆਉਂਦਾ ਸੀਗਾ ਵਿਦਬੀ ਦੇ ਵਿੱਚ ਬਾਦਲਾਂ ਦਾ ਆਉਂਦਾ ਉਹਨਾਂ ਜਾਂਚਾਂ ਦੇ ਉੱਤੇ ਤੇ ਚਲੋ ਲੰਬੀਆਂ ਚੱਲ ਸਕਦੀਆਂ ਸੀਆਂ 30 30 40 40 ਸਾਲ ਵਿਦਬੀ ਦੀ ਜਾਂਚ ਵੀ ਇਹਨਾਂ ਇਸੇ ਤਰੀਕੇ ਲੰਬੀ ਚਲਾਉਣੀ ਆ ਤੁਹਾਨੂੰ ਤੇ ਅੱਜ ਤੱਕ ਛੋਟੀ ਜਾਂਚ ਜਿੱਚ ਛੋਟੀਆਂ ਮੱਛੀਆਂ ਹੁੰਦੀਆਂ ਨੇ ਦਸਹਰੇ ਤੇ 60 70 ਬੰਦੇ ਮਰ ਗਏ ਉਸ ਜਾਂਚ ਦਾ ਬਣਿਆ ਅਜੇ ਤੱਕ ਕੁਛ ਬਟਾਲੇ ਦੇ ਵਿੱਚ 26 ਬੰਦੇ ਬਲਾਸਟ ਚ ਮਰ ਗਏ ਮਤਲਬ ਕਿਹਦੀ ਗਲਤੀ ਇਹਨਾਂ ਕੱਢੀ ਕਿ ਕਿਹੜੇ ਐਸਐਚਓ ਦੀ ਦੇਖਰੇਖ ਚੋਂ ਚੱਲ ਗਿਆ ਸੀਗਾ ਲੋਕਾਂ ਨੂੰ ਕੋਈ ਜਾਂਚ ਦਾ ਸਿੱਟਾ ਮਿਲਿਆ ਸ਼ਰਾਬ ਪੀ ਕੇ 150 ਬੰਦਾ ਮਰ ਗਿਆ ਉਸ ਜਾਂਚ ਦਾ ਕੁਛ ਬਣਿਆ ਜਿਹੜੀਆਂ ਛੋਟੀਆਂ ਛੋਟੀਆਂ ਜਾਂਚਾਂ ਨੇ ਸਾਾਨੂੰ ਤੇ ਉਹਦੇ ਚ ਨਿਆ ਨਹੀਂ ਮਿਲਿਆ ਤੇ ਇੱਚ ਕੀ ਮਿਲਣਾ ਵਾ ਆਪਾਂ ਪੰਜਾਬ ਦੀ ਖੁਸ਼ਹਾਲੀ ਵਾਲ ਤੁਰੀਏ ਅੱਜ ਅੱਜ ਮੈਂ ਕਹਿੰਨਾ ਤੁਸੀਂ ਇਹ ਵੀ ਕਹਿੰਦੇ ਹੋ ਵੀ ਬੇਅਦਬੀ ਦੇ ਮਾਮਲੇ ਨੂੰ ਛੱਡ ਦੋ ਮੈਂ ਕਹਿੰਨਾ ਜੀ ਇਹਦੇ ਨਾਲ ਹੋਰ بڑے ਮੁੱਦੇ ਜਿਹੜੇ ਠਾਪੋ ਰਹੇ ਨੇ ਸਾਰਿਆਂ ਦੇ ਉੱਤੇ ਗੌਰ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਪੜਕਾ ਕੇ ਗੁਰੂ ਗ੍ਰੰਥ ਸਾਹਿਬਾ ਪ੍ਰਤੀ ਮੇਰੀ ਵੀ ਬਹੁਤ ਇੱਜ਼ਤ ਹੈ ਤੁਹਾਡੀ ਵੀ ਹੋਊਗੀ ਸਿਰਫ ਸਾਨੂੰ ਕੈਸ਼ ਕੀਤਾ ਜਾ ਰਿਹਾ ਸਾਨੂੰ ਲੋਕਾਂ ਨੂੰ ਵਰਤਿਆ ਜਾ ਰਿਹਾ ਮੈਂ ਕਿਉਂ ਕਹਿੰਨਾ ਨੂੰ ਛੱਡ ਦੋ ਮੈਂ ਕਹਿੰਨਾ ਇਹਦੇ ਵਿੱਚ ਜਿਹੜਾ ਜਿਹੜਾ ਜਿੰਨਾ ਜਿੰਨਾ ਦੋਸ਼ੀਓ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਾਰੇ ਦੇ ਨਾਲ ਪੰਜਾਬ ਦੇ ਬਾਕੀ ਮੁੱਦੇ ਬੇਰਜ਼ਗਾਰੀ ਨਸ਼ਾ ਆ ਲੋਕਾਂ ਨੂੰ ਲੋਕਾਂ ਦੀ ਪੜ੍ਹਾਈ ਦਾ ਮੈਡੀਕਲ ਦਾ ਇਹਨਾਂ ਚੀਜ਼ਾਂ ਦੇ ਉੱਤੇ ਵੀ ਗੌਰ ਫਰਮਾਉਣਾ ਚਾਹੀਦਾ ਹਰ ਚੀਜ਼ ਦੇ ਉੱਤੇ ਲੜਾਈ ਜਿਹੜੀ ਲੜਨ ਦੀ ਲੋੜ ਹੈ ਇਹਨਾਂ ਵੱਡੇ ਲੀਡਰਾਂ ਨੇ ਸਮਝ ਲਿਆ ਕਿ ਬੇਦਬੀ ਦੇ ਨਾਂ ਦੇ ਉੱਤੇ ਲੋਕ ਭਾਵਕ ਹੋ ਜਾਂਦੇ ਨੇ ਮੈਂ ਆ ਕੇ ਇਸ ਤੋਂ ਵਧੀਆ ਲਾਰਾ ਲਾਵਾਂ ਉਹ ਚਿਹਰੇ ਨੇ ਨਹੀਂ ਕਰ ਸਕਿਆ ਆ ਚਿਹਰਾ ਅੱਗੇ ਲਿਆਵਾਂ ਇਹਦੇ ਨਾਂ ਤੇ ਸਾਡੀਆਂ ਵੋਟਾਂ ਨਾ ਕੈਸ਼ ਕੀਤੀਆਂ ਜਾਣ ਇਸ ਕਰਕੇ ਮੈਂ ਵਿੱਚ ਕੁੱਦਿਆ ਸੀਗਾ ਬਹੁਤ ਲੋਕ ਇਹ ਕਹਿੰਦੇ ਨੇ ਉਹ ਕਹਿੰਦੇ ਵੀ ਬੇਅਦਬੀ ਦੇ ਮਾਮਲੇ ਦੇ ਉੱਤੇ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਸੀਨ ਹੁੰਦੇ ਰਹੇ ਆ ਪਿਛੋਕਰ ਦੇ ਵਿੱਚ ਵਿੱਚ ਜਾਈਏ ਹੁਣ ਆਪਾਂ 4 ਸਾਲਾਂ ਦੇ ਵਿੱਚ ਪਰ ਮਨਦੀਪ ਮਨਨ ਜਦੋਂ ਨਵਜੋਤ ਸਿੱਧੂ ਦੀ ਐਂਟਰੀ ਹੋ ਜਾਂਦੀ ਹੈ ਕਹਿੰਦੇ ਉਦੋਂ ਹੀ ਬੋਲਦਾ ਵੀ ਇਹਦੀ ਕੋਈ ਆਪਸੀ ਤੁਹਾਡੀ ਰੰਜਿਸ਼ ਵੀ ਹੈਗੀ ਆ ਘਰੇਲੂ ਝਗੜਾ ਵੀ ਆ ਕੋਈ ਨਵਜੋਤ ਸਿੱਧੂ ਦੇ ਨਾਲ ਮਨਦੀਪ ਸਿੰਘ ਮਨਨ ਦਾ ਮੇਰਾ ਉਹਦੇ ਨਾਲ ਘਰੇਲੂ ਝਗੜਾ ਕੀ ਹੋ ਸਕਦਾ ਜੀ ਮੇਰਾ ਤੇ ਉਹਦੇ ਨਾਲ ਦੂਰ ਦੂਰ ਦਾ ਕੋਈ ਰਿਸ਼ਤੇਦਾਰੀ ਨਹੀਂ ਕੋਈ ਵਾਸਤਾ ਨਹੀਂ ਮੈਨੂੰ ਦੁੱਖ ਲੱਗਦਾ ਇਹਨਾਂ ਲੋਕਾਂ ਤੋਂ ਕਿ ਜਿੰਨਾ ਲੋਕਾਂ ਨੂੰ ਲੋਕ ਫੋਲੋ ਕਰਦੇ ਨੇ ਜਿਹੜੇ ਐਡੇ ਟੇ ਵੱਡੇ ਸੈਲੀਬ੍ਰਿਟੀ ਨੇ ਮਤਲਬ ਸੰਨੀ ਦਿਓਲ ਨੇ ਵੀ ਇਲੈਕਸ਼ਨ ਲੜੀ ਉਸ ਤੋਂ ਬਾਅਦ ਆ ਲੋਕਾਂ ਨੂੰ ਲੱਭਾ ਸਿੱਧੂ ਸਾਹਿਬ ਦਾ ਇੱਕ ਚਿਹਰਾ ਅੱਜ ਸਿੱਧੂ ਸਾਹਿਬ ਬੇਦ ਤੂੰ ਫਿਕਸ ਮੈਚ ਕਰਦਾ ਜਦੋਂ ਸਿੱਧੂ ਤੇਰੇ ਨਾਲ ਲੰਚ ਕਰ ਜਾਂਦਾ ਉਹਦੀ ਕਰਪਸ਼ਨ ਦੀਆਂ ਫਾਈਲਾਂ ਬੰਦ ਹੋ ਜਾਂਦੀਆਂ ਉਸ ਦਿਨ ਵਿਜੀਲੈਂਸ ਦਫ਼ਤਰ ਉੱਥੇ ਲੋਕ ਪਹੁੰਚੇ ਤੇ ਮੈਂ ਉੱਥੋਂ ਭਜਾਇਆ ਵੀ ਜਦੋਂ ਸਾਰਾ ਕੁਝ ਤੁਹਾਡੇ ਕੋਲ ਹੈਗਾ ਤੁਸੀਂ ਕਰਨਾ ਨਹੀਂ ਤੁਸੀਂ ਕੈਪਟਨ ਨੇ ਇਹਨੂੰ ਚਾਹ ਪਿਉਣੀ ਆ ਨਾ ਆਪਾਂ ਸਿੱਧੂ ਦਾ ਤਰਲਾ ਮਨਤ ਕਰ ਦਿੰਨੇ ਵੀ ਭਰਾਵਾ ਜਹਾ ਚਾਹ ਪੀਆ ਇਹਨੇ ਫਿਰ ਸਾਰਾ ਕੁਝ ਉਪਰ ਕਰ ਦੇਣਾ ਲੋਕਾਂ ਨੂੰ ਸ਼ਦਾਈ ਨਾ ਬਣਾਓ 2 ਸਾਲ ਨਵਜੋਤ ਸਿੰਘ ਸਿੱਧੂ ਭੋਰੇ ਚ ਰਹਿੰਦੇ ਨੇ 2 ਸਾਲ ਨਵਜੋਤ ਸਿੰਘ ਸਿੱਧੂ ਗਾਇਬ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਉਹ 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 ਦਰਦ ਉਹਨਾਂ ਚਰ ਕਿਹੜੀ ਦਵਾਈ ਖਾਂਦੇ ਰਹੇ ਕਿ ਗੁਰੂ ਗ੍ਰੰਥ ਸਾ 18 ਮਾਰਚ ਨੂੰ ਪਿਛਲੇ ਮਹੀਨੇ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਲਾਸਟ ਦੀ ਚਾਹ ਕੀਤੀ ਅੱਗੋਂ ਪਤਾ ਨਹੀਂ ਚਾਂਸ ਹੈਗੇ ਕਿ ਨਹੀਂ ਹੈਗੇ ਉਹਦੇ ਵਿੱਚ ਜਦੋਂ ਇਹਨਾਂ ਨੂੰ ਸਪਸ਼ਟ ਹੋ ਗਿਆ ਕਿ ਹੁਣ ਇਸ ਸਰਕਾਰ ਦਾ ਮੈਂ ਹਿੱਸਾ ਨਹੀਂ ਬਣ ਸਕਦਾ ਉਸ ਤੋਂ ਬਾਅਦ ਸਿੱਧੂ ਸਿੱਧੂ ਸਾਹਿਬ ਉਹ ਦਿਨਾਂ ਸਿੱਧੇ ਹੋ ਜਾਂਦੇ ਨੇ ਫਿਰ 2 ਸਾਲ ਦਾ ਵਕਫਾ ਕਿਉਂ ਉਹ ਬੰਦਾ ਸਾਡੀ ਗਵਾਹੀ ਕਰੂਗਾ ਯਾਰ ਜਿਹੜਾ 2-2 ਸਾਲ ਸਾਨੂੰ ਛੱਡ ਕੇ ਮੈਦਾਨ ਭੱਜ ਜਾਂਦਾ ਜਿੱੜ ਸਕਦਾ ਉਹ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਇੰਤਜ਼ਾਰ ਕਰਦੇ ਹੁਣ ਜੀ ਕੁੰਵਰ ਵਿਜੇ ਪ੍ਰਤਾਪ ਦੀ ਜੀ ਰਿਪੋਰਟ ਦਾ ਇੰਤਜ਼ਾਰ ਕਰਦੇ ਹੋਣਗੇ ਤੇ ਕੁੰਵਰ ਵਿਜੇ ਪ੍ਰਤਾਪ ਨੌਕਰੀ ਛੱਡ ਚੁੱਕੇ ਨੇ ਉਹ ਬੜਾ ਮਤਲਬ ਖੁੱਲ ਕੇ ਬੋਲਦੇ ਨੇ ਤੁਸੀਂ ਇਹਦੇ ਬਦਲੇ ਉਹਨਾਂ ਕੋਲੋਂ ਮੇਰੇ ਤੋਂ ਪੁੱਛਣ ਦਾ ਉਹਨਾਂ ਕੋਲੋਂ ਜਵਾਬ ਲੈ ਲਓ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਬਦਲਿਆ ਸੀਗਾ ਸਭ ਤੋਂ ਪਹਿਲਾਂ ਆਵਾਜ਼ ਮੈਂ ਚੁੱਕੀ ਸੀ ਕਿ ਬਿਦਬੀਨਾ ਇਹਦਾ ਕੀ ਲੈਣਾ ਦੇਣਾ ਉਹਦੀ ਜਾਂਚ ਤੇ ਉਹਦੇ ਕੋਲ ਰਹਿਣੀ ਚਾਹੀਦੀ ਆ ਨਾ ਤੇ ਮੈਂ ਜਿੰਨੇ ਮਤਲਬ ਗਰਮ ਖਿਆਲੀ ਸੀਗੇ ਜਿੰਨੀਆਂ ਹੋਰ ਜਥੇਬੰਦੀਆਂ ਮੈਂ ਉਹਨਾਂ ਨੂੰ ਵੀ ਕਿਹਾ ਸੀ ਯਾਰ ਤੁਸੀਂ ਖੁੱਲ ਕੇ ਸਾਹਮਣੇ ਆਓ ਮੈਨੂੰ ਤੇ ਘੱਟ ਸੁਣਨਗੇ ਇਸ ਮਸ ਜੋ ਦੁਬਾਰਾ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਇਹ ਇਹੀ ਕਰਦੇ ਰਹਿਣਗੇ ਉਸ ਦੌਰਾਨ ਕੁਮਰ ਵਿਜੇ ਪ੍ਰਤਾਪ ਸਿੱਧੂ ਸਾਹਿਬ ਨੂੰ ਮੈਸੇਜ ਕਰਦੇ ਨੇ ਕਿ ਸਿੱਧੂ ਸਾਹਿਬ ਤੁਸੀਂ ਸਰਕਾਰ ਚ ਮੰਤਰੀ ਹੋ ਮੈਨੂੰ ਹੈਲਪ ਦੀ ਲੋੜ ਹੈ ਤੇ ਸਿੱਧੂ ਸਾਹਿਬ ਤੇ ਉਹਨਾਂ ਨੂੰ ਰਿਪਲਾਈ ਤੱਕ ਨਹੀਂ ਕਰਦੇ ਰਹੇ ਤੇ ਉਹ ਉਹ ਇਹਨਾਂ ਦੀ ਜਾਂਚ ਦੀ ਵੇਟ ਕਰਦੇ ਸੀ ਸਿੱਧੂ ਸਾਹਿਬ ਆਪਣੇ ਇਸ਼ਟ ਨੂੰ ਯਾਦ ਕਰਕੇ ਉਹ ਉਹ ਉਹਨਾਂ ਵਾਸਤੇ ਸੌ ਉਹਨਾਂ ਵਾਸਤੇ ਵੀ ਕੋਈ ਵੱਡੀ ਚੀਜ਼ ਨਹੀਂ ਉਹ ਖਾ ਸਕਦੇ ਨੇ ਕਈ ਸੌ ਵਾਲੇ ਸ਼ਿਕਾਰਤਾਂ ਨੂੰ ਅੰਮ੍ਰਿਤਸਰ ਚ ਉਹਨਾਂ ਦੇ ਮਿਲਣਗੇ ਜਿਨ੍ਹਾਂ ਨੂੰ ਉਹਨਾਂ ਖਾਧੀਆਂ ਸੀ ਤੇ ਨਵਾਬ ਬਣਾ ਦੂੰ ਤੇਰੇ ਲਈ ਮੈਂ ਆ ਕਰ ਦੂੰਗਾ ਮੇਰੇ ਨਾਲ ਨਹੀਂ ਕਈ ਸ਼ਿਕਾਰਤਾਂ ਨੂੰ ਮਿਲ ਜਾਣਗੇ ਸੌ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਕੁਮਰ ਵਿਜੇ ਪ੍ਰਤਾਪ ਤੇ ਝੂਠ ਨਹੀਂ ਨਾ ਬੋਲਣਗੇ ਇਹ ਇਹਦੀ ਪੁਸ਼ਟੀ ਉਹਨਾਂ ਕੋ ਕਰ ਲਿਓ ਜੀ ਸਿੱਧੂ ਸਾਹਿਬ ਨੂੰ ਕਿੰਨਾ ਕੁ ਦਰਦ ਸੀਗਾ ਬੇਦਬੀ ਦਾ 2 ਸਾਲ ਤੁਸੀਂ ਕਿਵੇਂ ਦਾਵਾ ਕਰਦੇ ਹੋ ਫਿਰ ਮੈਂ ਅੱਖੀ ਦੇਖ ਮੈਂ ਮੈਂ ਉਹਨਾਂ ਨੂੰ ਮੈਂ ਦੇਖੇ ਨੇ ਜੀ ਮੈਂ ਦੇਖੇ ਨੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਉਹਨਾਂ ਨੂੰ ਪੁੱਛ ਲਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕੁਮਰ ਸਾਹਿਬ ਤੁਹਾਡਾ ਇਹਨਾਂ ਦੇ ਨਾਲ ਬਹੁਤ ਮਤਲਬ ਪਿਆਰ ਕਿਨੇ ਆ ਜਾਂਦਾ ਹੈ ਮਤਲਬ ਇਹ ਵੀ ਕਹਿੰਦਾ ਮੈਂ ਬੇਦਬੀ ਦੇ ਉੱਤੇ ਬਹੁਤ ਬੋਲਣਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਰਿਪਲਾਈ ਕਰ ਰਿਹਾ ਮੈਨੂੰ ਕੋਈ ਗੁਰ ਰਿਪਲਾਈ ਨਹੀਂ ਕਰ ਰਿਹਾ ਮੈਂ ਮੈਸੇਜ ਕਰ ਰਿਹਾ ਮੈਂ 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 ਤੁਹਾਨੂੰ ਉਹਨਾਂ ਦੇ ਬਿਆਹ ਤੇ ਬੋਲ ਰਿਹਾ ਤੁਸੀਂ ਉਹਨਾਂ ਕੋ ਪੁਸ਼ਟੀ ਕਰ ਸਕਦੇ ਹੋ ਸੋ ਆ ਬਹੁਤ ਸਾਰੀਆਂ ਜੜੀਆਂ ਹੈਗੀਆਂ ਕਮੈਂਟਾਂ ਦੇ ਵਿੱਚ ਇਹ ਗੱਲਾਂ ਇਹ ਵੀ ਹੁੰਦੀਆਂ ਵੀ ਕੁਮਰ ਵਿਜੇ ਪ੍ਰਤਾਪ ਨੇ ਇੱਕ ਪੱਖੀ ਕੀਤੀ ਹੈ ਬਾਦਲਾਂ ਨੂੰ ਬਦਨਾਮ ਕਰਨ ਦੇ ਲਈ ਹੋਇਆ ਤੁਸੀਂ ਵੈਸੇ ਕਿਵੇਂ ਵੇਖਦੇ ਹੋ ਜਾਂਚ ਨੂੰ ਕੁਮਰ ਵਿਜੇ ਪ੍ਰਤਾਪ ਜੀ ਦੇਖੋ 3 ਸਾਲ ਲੱਗੇ ਉਸ ਜਾਂਚ ਕਰਦਿਆਂ ਨੂੰ 3-4 ਸਾਲ ਲੱਗੇ ਕੁਵਰ ਵਿਜੇ ਪ੍ਰਤਾਪ ਨੇ ਜਾਂਚ ਕੀਤੀ ਸਾਰਾ ਪੰਜਾਬ ਹੀ ਵਿਸ਼ਵਾਸ ਕਰਦਾ ਸੀਗਾ ਕੀਤੀ ਮੈਂ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੋ ਬਾਦਲ ਦੋਸ਼ੀ ਮੈਂ ਕਿਸੇ ਨੂੰ ਮਤਲਬ ਪਿੰਨ ਪੁਆਇੰਟ ਨਹੀਂ ਕਰਦਾ ਫਲਾਣਾ ਅਫਸਰ ਦੋਸ਼ੀ ਉਹ ਕਿਸੇ ਨਾ ਕਿਸੇ ਨੂੰ ਤੇ ਦੋਸ਼ੀ ਠਰਾਓ ਨਾ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨਹੀਂ ਪਾੜੇ ਠੀਕ ਹੈ ਜੀ ਹੱਥੀ ਨਹੀਂ ਪਾੜੇ ਹੋਣਗੇ ਪਰ ਮੈਨੂੰ ਇਹ ਦੱਸੋ ਜਿਸ ਬੰਦੇ ਕਰਕੇ ਇੰਨੀ ਅੱਗ ਲੱਗੀ ਥੱਲੀ ਸਾਹਿਬ ਜਿਹੜਾ ਬਾਬਾ ਸੀਗਾ ਜਿਹਦੇ ਕਰਕੇ ਪੰਜਾਬ 'ਚ ਦੰਗੇ ਹੋਣ ਤੱਕ ਗਏ ਪੰਜਾਬ 1 ਮਹੀਨਾ ਬੰਦ ਰਿਆ ਸੜਕਾਂ ਦੇ ਉੱਤੇ ਲੋਕ ਬੈਠੇ ਰਹੇ ਉਸ ਬਾਬੇ ਨੂੰ ਮਾਫੀ ਦੇਣ ਦੀ ਕੀ ਜ਼ਰੂਰਤ ਸੀ ਕਿਤੇ ਨਾ ਕਿਤੇ ਉਹਨਾਂ ਦਾ ਦੋਸ਼ ਮੈਂ ਨਹੀਂ ਕਹਿੰਦਾ ਵੀ 파ਟਨ ਚ ਦੋਸ਼ ਹੋਊਗਾ ਮਤਲਬ ਉਹ 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 ਦੋਸ਼ ਇਹ ਜਿਹੜੀ ਇਹ ਸਾਜ਼ਿ ਸੀਗੀ ਇਹ ਪੰਜਾਬ 'ਚ ਹਿੰਸਾ ਭੜਕਾਉਣ ਦਾ ਦੋਸ਼ ਕਿਤੇ ਨਾ ਕਿਤੇ ਤੇ ਉਹਨਾਂ ਤੇ ਬਣਦਾ ਸੀ ਨਾ ਮੈਂ ਤੇ ਸਰ ਪ੍ਰਕਾਸ਼ ਸਿੰਘ ਬਾਦਲੂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਇੰਨੀ ਉਮਰ ਸਿਆਸਤ 'ਚ ਨੰਗੀ ਆ ਅਖੀਰਲੇ ਵੇਲੇ ਤੁਹਾਡੇ ਬੁੱਤ ਲੱਗਣੇ ਚਾਹੀਦੇ ਸੀਗੇ ਮਤਲਬ ਤੇ ਤੁਸੀਂ ਪੰਜਾਬ ਦੇ ਲੋਕਾਂ ਕੋਲੋਂ ਉਹ ਬੇ ਤਿੱਕਰਾ ਰਹੇ ਹੋ ਮੈਂ ਨਹੀਂ ਕਹਿੰਦਾ ਤੁਸੀਂ ਬਦਬੀ ਕੀਤੀ ਪਰ ਤੁਸੀਂ ਇਹ ਤੇ ਮੰਨੋ ਕਿ ਇਹ ਸਾਡੇ ਰਾਜ ਚ ਹੋਈ ਹੈ ਸਾਡੀ ਵੱੱਜਰ ਗਲਤੀ ਹੈ ਪਰ ਐਡਾ ਹੰਕਾਰ ਹੈ ਤੁਸੀਂ ਇਹ ਵੀ ਕਹਿਣ ਨੂੰ ਤਿਆਰ ਨਹੀਂ ਯਾਰ ਹੋ ਸਕਦਾ ਤੁਸੀਂ ਲੋਕਾਂ ਦੀ ਕਚਹਿਰੀ ਚ ਜਾਂਦੇ ਤੁਸੀਂ ਕਹਿੰਦੇ ਕਿ ਯਾਰ ਸਾਡੇ ਰਾਜ ਚ ਹੋਈ ਹੈ ਹੋਣੀ ਨਹੀਂ ਸੀ ਚਾਹੀਦੀ ਤੇ ਹੋ ਸਕਦਾ ਲੋਕ ਤੁਹਾਡਾ ਜਿਹੜਾ ਗਰਾਫ ਹੋ ਚੁੱਕ ਦੇ ਲੋਕ ਤੁਹਾਡੀ ਮਜਬੂਰੀ ਨੂੰ ਕੋ ਸਮਝਦੇ ਪਰ ਹੰਕਾਰ ਹੀ ਇੰਨਾ ਜ਼ਿਆਦਾ ਕੋਈ ਨਿਆਂ ਹੀ ਨਹੀਂ ਦੇਣ ਨੂੰ ਤਿਆਰ ਕੋਈ ਇਹਦੇ ਉੱਤੇ ਮਤਲਬ ਇਹ ਕੀ ਕਿਸੇ ਮੁੱਦੇ ਦੇ ਉੱਤੇ ਵੀ ਉਸੀਂ ਨਸ਼ੇ ਵਾਲਾ ਜਿਹੜਾ ਮੁੱਦਾ ਸੀਗਾ ਜਿਹਦੀ ਕੈਪਟਨ ਮਰਿੰਦਰ ਸਿੰਘ ਨੇ ਸੌਂ ਖਾਦੀ ਸੀ ਅਸਲੀ ਸੌ ਉਹਨੇ ਗੁੱਟ ਕੇ ਦੀ ਉਹਦੀ ਖਾਦੀ ਸੀਗੀ ਅੱਜ ਤੱਕ ਕਹਿੰਦੇ ਨੇ ਕਿ ਹਾਈ ਕੋਰਟ ਚ ਇੱਕ ਲਫਾਫਾ ਬੰਦ ਹੈ ਜੀ ਆਮ ਰੌਲਾ ਪੈਂਦਾ ਜੀ ਜਿੱਤੇ ਚ ਬਿਕਰਮ ਮਜੀਠੀਆ ਦਾ ਨਾਂ ਹੈ ਜੀ ਹੁਣ ਮੇਰਾ ਇੱਕ ਸਵਾਲ ਹੈ ਕਿ ਬਿਕਰਮ ਮਜੀਠੀਆ ਐਡਾ ਤਾਕਤਵਰ ਬੰਦਾ ਪੈਸੇ ਦੀ ਕੋਈ ਕਮੀ ਤੇ ਨਹੀਂ ਉਹਦੇ ਕੋਲ ਕੈਪਟਨ ਮਰਿੰਦਰ ਸਿੰਘ ਦਾ ਭਤੀਜਾ ਵੀ ਉਹ ਗਿਣਿਆ ਜਾਂਦਾ ਜੇ ਉਸ ਲਫਾਫੇ 'ਚ ਉਹਦਾ ਨਾਮ ਨਹੀਂ ਹੈਗਾ ਤੇ ਫਿਰ ਬਿਕਰਮ ਮਜੀਠੀਆ ਨੂੰ ਤੇ ਵਕੀਲ ਕਰਕੇ ਉਹ ਲਫਾਫਾ ਖੋਲਾ ਦੇਣਾ ਚਾਹੀਦਾ ਤੇ ਲੋਕਾਂ 'ਚ ਆ ਕੇ ਉਹਨੂੰ ਭੰਗੜੇ ਪਾਉਣੇ ਚਾਹੀਦੇ ਨੇ ਵੀ ਯਾਰ ਮੈਨੂੰ ਝੂਠਾ ਬਦਨਾਮ ਕਰਦੇ ਸੀ ਕਿਤੇ ਨਾ ਕਿਸੇ ਦਾਲ 'ਚ ਕੁਝ ਕਾਲਾ ਹੈ ਨਾ ਜਿਹੜਾ ਨਹੀਂ ਖੁੱਲ ਰਿਹਾ ਸਾਡੇ ਲੋਕਾਂ ਨੂੰ ਅਸੀਂ ਜਾਂਚ ਦੀ ਮੰਗ ਕਰਦੇ ਹਾਂ ਹਰ ਚੀਜ਼ ਦੇ ਉੱਤੇ ਚਾਹੇ ਉਹ ਨਸ਼ੇ ਦਾ ਚਾਹੇ ਉਹ ਬੰਬ ਲਾਸਟ ਹੈ ਚਾਹੇ ਉਹ ਦਸਹਿਰਾ ਕਾਂਡ ਹੈ ਚਾਹੇ ਉਹ ਸ਼ਰਾਬ ਵਾਲੇ ਨੇ ਹੁੰਦਾ ਕੀ ਹੈ ਇਹ ਸਰਕਾਰਾਂ ਨੂੰ ਸਾਡੀ ਇਹਨਾਂ ਵਿੱਚ ਪਤਾ ਲੱਗ ਗਈ ਹੁੰਦਾ ਕੀ ਹੈ ਕਿ ਮਹੀਨਾ ਜਿਹੜਾ ਪਹਿਲਾ ਦਿਨ ਹੈ ਉਸ ਦਿਨ ਉੱਥੇ ਤੇ ਬੰਦਾ ਹੁੰਦਾ 1000 2 ਦਿਨ ਬੀਜਦੇ ਨੇ ਤੇ 500 3 ਦਿਨ ਬੀਜਦੇ ਨੇ ਤੇ 200 ਤੇ ਚੌਥੇ ਦਿਨ ਰਹਿ ਜਾਂਦਾ ਮੇਰੇ ਰਗਾ ਕੱਲਾ ਹੀ ਬੋਲਣ ਵਾਲਾ ਇਹਨਾਂ ਸਰਕਾਰਾਂ ਨੂੰ ਤੇ ਆਤ ਪੈ ਗਈ ਕਿ ਮੁੱਦਾ ਜਦੋਂ ਠੰਡਾ ਹੋ ਜਾਂਦਾ ਸਾਨੂੰ ਤੇ ਅੱਜ ਤੱਕ ਜਾਂਚ ਕਿਸੇ ਦਾ ਸਿੱਟਾ ਕੀ ਨਿਕਲਿਆ ਮੈਨੂੰ ਇਹ ਦੱਸ ਦੋ ਕਦੀ ਕਿਸੇ ਬੰਦੇ ਨੇ ਪਬਲਿਕ ਨੇ ਰਿਜ਼ਲਟ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਦਸਹਰੇ ਦਾ ਰਿਜ਼ਲਟ ਕੀ ਸੀਗਾ ਮੈਂ ਸ਼ਰਾਬ ਦਾ ਰਿਜ਼ਲਟ ਕੀ ਸੀਗਾ ਬਟਾਲਾ ਬੰਬਲਾਸ ਦਾ ਰਿਜ਼ਲਟ ਕੀ ਸੀ ਸ਼ਹਿਰ ਚ ਸ਼ੇਮ ਮੌਤਾਂ ਹੋ ਗਈਆਂ ਉਹਦਾ ਰਿਜ਼ਲਟ ਕੀ ਰਿਜ਼ਲਟ ਤੱਕ ਤੇ ਅਸੀਂ ਲੋਕ ਮਤਲਬ ਏਡੇ ਮਜਲੂਮ ਤੇ ਮਾਤੜ ਬਣ ਚੁੱਕੇ ਆ ਕਿ ਸਾਨੂੰ ਆਪਣੇ ਚਮੇਲੇ ਨਹੀਂ ਮੁੱਕਦੇ ਪਹਿਲੇ ਦੋ ਦਿਨ ਤੇ ਅਸੀਂ ਬਹੁਤ ਖਰੂਦ ਪਾਉਨੇ ਆ ਤਿੰਨ ਦਿਨ ਤੇ ਉੱਤੋਂ ਬਾਦਾਂ ਪੁੱਛਦਾ ਹੀ ਕੋਈ ਨਹੀਂ ਤੇ ਇਹਨਾਂ ਦੇ ਮੂੰਹ ਨੂੰ ਤੇ ਲਹੂ ਲੱਗਾ ਇਹ ਸਾਨੂੰ ਨਿਆ ਦਿੰਦੇ ਹੀ ਕਿਤੇ ਨਹੀਂ ਬਹੁਤ ਸਾਰੇ ਜਿਵੇਂ ਲੋਕਾਂ ਦੀ ਤੁਸੀਂ ਗੱਲ ਕੀਤੀ ਐ ਪਰ ਲੋਕ ਕਿਵੇਂ ਪੁੱਛਣਾ ਕਿਉਂਕਿ ਜਿਹੜੀ ਕਿਹੜਾ ਮੁੱਦਾ ਕਿਹੜੀ ਚੀਜ਼ ਨੂੰ ਬਣਾਉਣਾ ਇੱਥੇ ਇੱਕ ਲੀਡਰ ਬਣਾਉਂਦਾ ਹੈ ਨਾ ਇੱਕ ਇੱਥੇ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਦਾ ਮਾਮਲਾ ਚੁੱਕਿਆ ਤਾਂ ਉਧਰ ਨੂੰ ਹੋਗੇ ਵੀ ਲੋਕ ਉਹ ਉਹ ਇੱਕ ਲੀਡਰ ਦੇ ਉੱਤੇ ਆ ਨਾ ਡਿਪੈਂਡ ਕਰਦਾ ਇਹ ਚੀਜ਼ ਵੀ ਆਪਾਂ ਕਿਹੜਾ ਮੁੱਦਾ ਮੈਂ ਮੈਂ ਥੱਲੀ ਸਾਹਿਬ ਇਹੀ ਤੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਸਿੱਧੂ ਸਾਹਿਬ ਨੇ ਬੇਅਦਬੀ ਦਾ ਮੁੱਦਾ ਚੁੱਕਿਆ ਬਹੁਤ ਵਧੀਆ ਠੀਕ ਹੈ ਜੀ ਤੁਸੀਂ ਲੋਕੀ ਵੀ ਥੋੜੇ ਜਾਗਰੂਕ ਹੋਣਾ ਉਹਨਾਂ ਨੂੰ ਸਵਾਲ ਕਰਨਾ ਕਿ ਸਿੱਧੂ ਸਾਹਿਬ 2 ਸਾਲ ਕਿਉਂ ਨਹੀਂ ਚੁੱਕਿਆ ਤੁਸੀਂ ਕੈਪਟਨ ਮਰਿੰਦਰ ਸਿੰਘ ਨੇ ਇਹ ਮੰਨਦੇ ਹੋ ਵੀ ਉਹਦੀ ਬਹੁਤ ਬੇਇੱਜ਼ਤੀ ਕਰਕੇ ਲਾਇਆ ਸੀ ਔਰ ਪੰਜਾਬ ਦੇ ਵਿੱਚ ਉਹਨੂੰ ਮਤਲਬ ਨੀਵਾ ਮਖਾ ਕੇ ਲਾਇਆ ਕਿ ਉਹਦਾ ਮਹਿਕਮਾ ਜਿਹੜਾ ਖੋਇਆ ਗਿਆ ਪਹਿਲੀ ਗੱਲ ਤੇ ਸਿੱਧੂ ਸਾਹਿਬ ਨੂੰ ਬਿਜਲੀ ਮਹਿਕਮਾ ਦਿੱਤਾ ਸੀਗਾ ਫਿਰ ਐਡਾ ਕੀ ਮਤਲਬ ਸੀਗਾ ਲੋਕਲ ਬਾਡੀ ਡਿਪਾਰਟਮੈਂਟ ਤੇ ਸ਼ਹਿਰਾਂ 'ਚ ਕੰਮ ਕਰਦਾ ਬਿਜਲੀ ਡਿਪਾਰਟਮੈਂਟ ਇਹੋ ਜਿਹਾ ਸੀਗਾ ਜਿਹੜਾ ਘਰ-ਘਰ 'ਚ ਕਨੈਕਸ਼ਨ ਹੈ ਤੁਸੀਂ ਪੰਜਾਬ ਦੇ ਹਰ ਘਰ 'ਚ ਵੜ ਸਕਦੇ ਹੋ ਤੁਹਾਡਾ ਟੱਚ ਜਾ ਸਕਦਾ ਉਹਨਾਂ ਨੂੰ ਤੁਸੀਂ ਜਦੋਂ ਬਿਜਲੀ ਮਹਿਕਮਾ ਤੁਹਾਨੂੰ ਦਿੱਤਾ ਬਹੁਤ ਪਾਵਰ ਇਹਦੀ ਚੇਅਰਮੈਨ ਕੋਲ ਹੈ ਤੁਸੀਂ ਇਹ ਤੇ ਰਿਪੋਰਟ ਜਾਂ ਜਿੱਦਾਂ ਤੁਸੀਂ ਤੇਲਗਾਨਾ ਜਾਂਦੇ ਰਹੇ ਸਰਕਾਰੀ ਖਰਚੇ ਤੇ ਰੇਤਾ ਇਸ ਤਰ੍ਹਾਂ ਵਿਕਦੀ ਹੈ ਸ਼ਰਾਬ ਇਸ ਤਰ੍ਹਾਂ ਵਿਕਦੀ ਹੈ ਤੁਸੀਂ ਸੇਮ ਪੋਜੀਸ਼ਨ 'ਚ ਆਪਣੇ ਸੂਬੇ ਦੇ ਵਿੱਚ ਕੰਮ ਕਰਦੇ ਤੁਸੀਂ ਇਹ ਦੱਸਦੇ ਕਿ ਆ ਸਮਝਾਉਤੇ ਗਲਤ ਨੇ ਤੁਸੀਂ ਲੋਕਾਂ ਕੋਲੋਂ 12 ਕਟੇਸ਼ਨਸ ਮੰਗਾਉਂਦੇ ਕਿ ਆ ਬੱਤੀ ਇੰਨੀ ਸਸਤੀ ਦੇਣ ਨੂੰ ਤਿਆਰ ਨੇ ਔਰ ਕੈਪਟਨ ਮਰਿੰਦਰ ਸਿੰਘ ਦੇ ਅੱਗੇ ਫਾਈਲ ਰੱਖਦੇ ਵੀ ਮੈਂ ਆ ਲੈ ਕੇ ਆਇਆ ਸਾਰਾ ਫਾਰਮੂਲਾ ਤੇ ਆ ਕਰੀਏ ਤੇ ਕੈਪਟਨ ਮਰਿੰਦਰ ਸਿੰਘ ਤੇ ਗਲੇ ਦੀ ਹੱਡੀ ਬਣਾ ਦਿੰਦੇ ਉਸ ਤੋਂ ਬਾਅਦ ਫਿਰ ਲੋਕਾਂ ਦੇ ਉੱਤੇ ਸੁੱਟਦੇ ਤੇ ਲੋਕ ਇਹਨਾਂ ਨੂੰ ਪਿਆਰ ਦਿੰਦੇ ਵੀ ਤੂੰ ਆਪਣਾ ਫਰਜ਼ ਅਦਾ ਕੀਤਾ ਆਪਾਂ ਸੂਈ ਡਾਲੀ ਲੋਕਲ ਬਾਡੀ ਚਾਹੀਦਾ ਲੋਕਲ ਬਾਡੀ ਚਾਹੀਦਾ ਤੁਸੀਂ ਮੈਨੂੰ ਹਣੇ ਦੱਸ ਦਿਓ ਸਿੱਧੂ ਸਾਹਿਬ ਦੀਆਂ 4 ਮੀਟਿੰਗਾਂ ਹੋਈਆਂ ਕੈਪਟਨ ਲੋਕਲ ਬਾਡੀ ਚਾਹੀਦਾ ਜੇ ਤੁਸੀਂ ਕਹਿੰਦੇ ਵੀ ਉਹ ਮੰਗਦੇ ਆ ਤਾਂ ਉਹਦਾ ਕਾਰਨ ਕੀ ਆ ਵੀ ਉਹ ਕਿਉਂ ਇਸ ਦੇ ਵਿੱਚ ਕੀ ਹੈ ਥੱਲੀ ਸਾਹਿਬ ਮੈਂ بار بار ਉਹ ਗੱਲਾਂ ਕਰੂੰਗਾ ਜਦੋਂ ਉਹਨਾਂ ਵਿਜੀਲੈਂਸ ਨੇ ਵੀ ਰੇਡ ਕੀਤਾ 20 ਕਰਪਸ਼ਨ ਦੀਆਂ ਫਾਈਲਜ਼ ਮੇਰੇ ਕੋਲ ਨੇ ਆਪਾਂ ਕਿਸਾਨਾ ਕਰਕੇ ਮੈਂ ਲੋਕਾਂ ਨੂੰ ਫੇਰ ਕਹਿ ਦਿਆਂ ਕਿ ਮੁੱਦਾ ਠੱਪ ਨਹੀਂ ਤੁਹਾਡੇ ਮਤਲਬ ਜਿਹੜਾ ਕਿਸਾਨ ਸਾਡਾ ਸੰਘਰਸ਼ ਚੱਲ ਰਿਹਾ ਸੀ ਪੰਜਾਬ ਦਾ ਮੈਂ ਉਤੋਂ ਧਿਆਨ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਲੀਡਰਾਂ ਤੇ ਮੇਰੇ ਕਹਿਣ ਤੇ ਧਿਆਨ ਭਟਕ ਜਾਣਾ ਮੈਂ ਉਹ ਚੀਜ਼ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਜਿਹੜੀ ਲੋਕਾਂ ਤੱਕ ਪਹੁੰਚਦੀ ਕਿਉਂਕਿ ਕਿਸਾਨ ਅੰਦੋਲਨ ਕਰਕੇ ਲੋਕ ਕੁਝ ਹੋਰ ਸੁਣਨ ਨੂੰ ਤਿਆਰ ਹੀ ਨਹੀਂ ਸੀ ਹੈਗੇ 20 ਫਾਈਲਾਂ ਆਉਂਦੀਆਂ ਕਰਪਸ਼ਨ ਦੀਆਂ ਇੱਥੇ ਤੁਹਾਡੇ ਜੀਰਕਪੁਰ ਇੱਕ ਮਤਲਬ ਬਿਲਡਰ ਹੈਗਾ ਜਿਹਦੇ ਅਕਾਊਂਟ 'ਚ ਮੈਡਮ ਨੇ ਪੈਸੇ ਪਾਏ ਨੇ 50-50 ਲੱਖ ਰੁਪਈਆ ਤੇ ਤੁਸੀਂ ਦੱਸੋ ਜਿੰਨੂੰ ਕਾਰਪੋਰੇਸ਼ਨ ਨੋਟਿਸ ਕੱਢਦੀ ਹੋਵੇ ਜਿੰਨੂੰ ਕ ਕਰਪਸ਼ਨ ਪੈਸਾ ਇੰਨਾ ਜ਼ਿਆਦਾ ਕਿ ਤੁਹਾਡੇ ਘਰ ਭਰੇ ਜਾਂਦੇ ਨੇ ਫਿਰ ਲਾਲਚ ਕੀ ਸੀ ਅੱਜ ਕੈਪਟਨ ਮਰਿੰਦਰ ਸਿੰਘ ਤੈਨੂੰ ਡਿਪਟੀ ਸੀਐਮ ਬਣਾ ਦਿੰਦਾ ਅੱਜ ਤੋਂ 6 ਮਹੀਨੇ ਪਹਿਲਾਂ ਤੈਨੂੰ ਲੋਕਲ ਬਡੀ ਡਿਪਾਰਟਮੈਂਟ ਜਿਹੜਾ ਉਹ ਵਾਪਸ ਦੇ ਦਿੰਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਕਿੱਥੇ ਸੀਗਾ ਫਿਰ ਬਦਬੀ ਕਿੱਥੇ ਸੀਗੀ ਫਿਰ ਪੰਜਾਬ ਦੇ ਮੁੱਦੇ ਕਿੱਥੇ ਸੀਗੇ ਤੇ ਸਿੱਧੂ ਸਾਹਿਬ ਕੀ ਕਹਿੰਦੇ ਰਹੇ ਨੇ ਮੇਰੀ ਕੈਪਟਨ ਸੁਣਦਾ ਨਹੀਂ ਲਓ ਮੇਰੀ ਕੈਪਟਨ ਹਰਮੁਤ ਦੇ ਤੇ ਸੁਣਦਾ ਤੁਸੀਂ ਚੈਨਲ ਦੇ ਉੱਤੇ ਹਰ ਖਬਰ ਚਲਾਉਂਦੇ ਹੋ ਤੁਹਾਡੇ ਮਨ ਚ ਦਰਦ ਹੈ ਤੁਸੀਂ ਵਿਖਾਉਂਦੇ ਹੋ ਜ਼ਰੂਰੀਤ ਨਹੀਂ ਉੱਤੇ ਕੋਈ ਕਾਰਵਾਈ ਹੁੰਦੀ ਤੁਸੀਂ ਆਪਣਾ ਫਰਜ਼ ਤੇ ਨਹੀਂ ਭੁੱਲਦੇ ਤੂੰ ਆਪਣਾ ਫਰਜ਼ ਕਿਉਂ ਭੁੱਲ ਗਿਆ ਜਦੋਂ ਤੱਕ ਤੈਨੂੰ ਲਾਰੇ ਲਾਉਂਦਾ ਰਿਹਾ ਉਦੋਂ ਤੱਕ ਕੈਪਟਨ ਮਰਿੰਦਰ ਸਿੰਘ ਚੰਗਾ ਉਦੋਂ ਤੱਕ ਤੇਰੀ ਫੇਸਬੁੱਕ ਤੇ ਕੁਝ ਨਹੀਂ ਚੱਲਿਆ ਤੇ ਜਿਸ ਦਿਨ ਹੁਣ ਬਿਲਕੁਲ ਹੀ ਲਾਲਚ ਢੰਡੇ ਹੋ ਗਏ ਨੇ ਤੁਸੀਂ ਦੇਖੋ ਸਿੱਧੂ ਸਾਹਬ ਜੀ ਐਡੇ ਦਲੇਰ ਹੋਣ ਮੈਨੂੰ ਕੋਈ ਟਵੀਟ ਕੋਈ YouTube ਤੇ ਉਹਨਾਂ ਦੀ ਵੀਡੀਓ ਜੇ ਚੋਨੇ ਸਿੱਧੀਆਂ ਨਰਿੰਦਰ ਮੋਦੀ ਦਾ ਨਾਂ ਲੈ ਕੇ ਗਾਲਾਂ ਕੱਢੀਆਂ ਹੁਣ ਜਿਹਨੂੰ ਬੋਲੇ ਹੁਣ ਮਾੜਾ ਚੰਗਾ ਕੇਂਦਰ ਨੇ ਆਹ ਕਰਤਾ ਕੇਂਦਰ ਨੇ ਆਹ ਕਰਤਾ ਤੁਹਾਨੂੰ ਨਹੀਂ ਪਤਾ ਕੌਣ ਕਰ ਰਿਹਾ ਅੱਜ ਤੁਸੀਂ ਕੈਪਟਨ ਨੂੰ ਪੁੱਛ ਰਹੇ ਹੋ ਬਾਦਲਾਂ ਦਾ ਨਾਂ ਸਿੱਧਾ ਕਿਉਂ ਨਹੀਂ ਆ ਰਿਹਾ ਤੇ ਤੈਨੂੰ ਨਾਂ ਲੈਣੇ ਨਹੀਂ ਆਉਂਦੇ ਤੁਸੀਂ ਕਿਉਂ ਇਹੋ ਜਿਹੀ ਪੋਲਿਟਿਕਸ ਕਰਦੇ ਹੋ ਤੈਨੂੰ ਲੋਕ ਸੁਣਦੇ ਨੇ ਤੈਨੂੰ ਖੁੱਲ ਕੇ ਹਰ ਗੱਲ ਦੇ ਉੱਤੇ ਬੋਲਣਾ ਚਾਹੀਦਾ ਵਾ ਸੋ 2 ਸਾਲ ਤੋਂ ਚੁੱਪ ਕਿਉਂ ਰਿਹਾ ਇਸ ਚੀਜ਼ ਦਾ ਜਵਾਬ ਦਓ ਨਾ ਅੱਜ ਸਿੱਧੂ ਸਾਹਿਬ ਬੋਲ ਰਹੇ ਨੇ ਤੁਸੀਂ ਮੈਨੂੰ ਦੱਸੋ ਕੈਪਟਨ ਮਰਿੰਦਰ ਸਿੰਘ ਨੇ ਕੱਲ ਇਹਨੂੰ ਚੈਲੰਜ ਕੀਤਾ ਪਰसों ਸਿੱਧੂ ਕਾਂਗਰਸ ਚੋਂ ਨਿਕਲ ਜਾ ਕਦੀ ਵੀ ਕੋਈ ਜੰਗ ਲੱਗਣੀ ਹੋਵੇ ਤੇ ਰਾਸ਼ਟਰਪਤੀ ਆਵ ਲੈਣੇ ਚੱਲ ਜਾਂਦਾ ਕੈਪਟਨ ਮਰਿੰਦਰ ਸਿੰਘ ਦੀ ਕੀ ਐਡੀ ਮਜਬੂਰੀ ਬਣੀ ਉਹ ਆਪਣੇ ਵਜ਼ੀਰਾਂ ਕੋਲੋਂ ਘਮਾਉਂਦੇ ਜਿਹੜੇ ਇਹਦੇ ਨਾਂ ਤੇ ਲੁੱਟ ਕੇ ਖਾ ਗਿਆ ਸੁੱਖ ਸਰਕਾਰੀ ਅਰਗੇ ਜਿਹੜੇ ਇਹਦੇ ਕੈਸ਼ੀਅਰ ਬਣੇ ਫਿਰਦੇ ਨੇ ਉਹ ਕਿਉਂ ਨਹੀਂ ਬੋਲ ਰਹੇ ਕਿਤੇ ਨਾ ਕਿਤੇ ਕੇਂਦਰ ਵੱਲੋਂ ਨੂੰ ਹਰੀ ਝੰਡੀ ਐ ਜਿਹੜੀ ਸੈਂਟਰ ਕਾਂਗਰਸ ਹੈ ਮੈਂ ਤੇ ਕੈਪਟਨ ਨੂੰ ਕਿਹਾ ਕੱਲ ਬੋਲ ਕੇ ਕਿ ਦੇਖੋ ਜਿਸ ਦਿਨ ਉਹਨਾਂ ਕਹਿ ਤਾਣਾ ਕਿ ਪੰਜਾਬ ਦਾ ਕਪਤਾਨ ਕੈਪਟਨ ਮਰਿੰਦਰ ਸਿੰਘ ਨਹੀਂ ਸਿੱਧੂ ਹੈ ਤੇਰੇ ਸਿਸਮਾ ਫਾਰਮ ਜਾਂਦੀਆਂ ਜਾਂਦੀਆਂ ਗੱਡੀਆਂ ਸਿੱਧੂ ਦੀ ਕੋਠੀ ਨੂੰ ਮੁੜ ਜਾਣੀਆਂ ਨੇ ਇਹਨਾਂ ਦਾ ਜਮੀਰ ਇੰਨਾ ਕਿ ਤੇਰੇ ਐਮਐਲਏ ਵਜੀਰਾ ਦਾ ਇਹਨਾਂ ਲੋਕਾਂ ਨੂੰ ਬੋਲਣਾ ਚਾਹੀਦਾ ਸੀ ਤੇ ਜੇ ਕੈਪਟਨ ਮਰਿੰਦਰ ਸਿੰਘ ਬੋਲ ਹੀ ਚੁੱਕਾ ਤੁਸੀਂ ਹੋਰ ਕਿਸੇ ਲੀਡਰ ਦਾ ਬਿਆਨ ਸੁਣ ਰਹੇ ਹੋ ਕਾਂਗਰਸੀ ਦਾ ਕਿ ਕੈਪਟਨ ਤੇ ਦੂਰ ਆ ਓਏ ਸਾਡੇ ਸਾਹਮਣੇ ਲੜੇ ਆ ਕੇ ਕਿਉਂਕਿ ਉਹਨਾਂ ਨੂੰ ਅੰਦਰ ਖਾਤੇ ਪਤਾ ਕਿ ਪੰਜਾਬ ਤੁਸੀਂ ਜਿਵੇਂ ਗੱਲ ਕਰਦੇ ਹੋ ਵੀ ਉਹ ਗੱਡੀਆਂ ਜਾਂ ਹਾਈ ਕਮਾਂਡ ਨੇ ਇਹ ਕੀਤਾ ਪਰ ਕੈਪਟਨ ਮਰਿੰਦਰ ਸਿੰਘ ਤਾਂ ਜਾਂ ਹੋਰ ਜਿਹੜੇ ਇੱਕ ਦੋ ਬਿਆਨ ਹੋਰ ਸਿੱਧੂ ਦੀ ਤਾਂ 4 ਸਾਲ ਦੀ ਜਿਹੜੀ ਐਂਟਰੀ ਹੈ 4 ਸਾਲ ਦਾ ਤਜਰਬਾ ਹੈ ਤੇ ਬਹੁਤ ਪੁਰਾਣੇ ਪਏ ਆ ਤੇ ਫਿਰ ਉਹਨਾਂ ਨੂੰ ਪਹਿਲਾ ਮੌਕਾ ਮਿਲੂਗਾ ਤੇ ਉਹ ਕਹਿ ਰਹੇ ਆ ਵੀ ਸਿੱਧੂ ਨੇ ਜੋ ਬਿਆਨ ਦਿੱਤੇ ਨੇ ਉਹਦੇ ਨਾਲ ਕਾਂਗਰਸ ਬਦਨਾਮ ਹੋਈ ਹੈ ਤੇ ਤੁਸੀਂ ਕਹਿੰਦੇ ਹੋ ਜਾਣ ਬੁੱਝ ਕੇ ਕੈਪਟਨ ਨੂੰ ਬਦਨਾਮ ਕਰਨ ਨੂੰ ਦਬਾਇਆ ਤੇ ਮੈਂ ਕੈਪਟਨ ਸਾਹਿਬ ਬਦਨਾਮ ਨਹੀਂ ਮੈਂ ਤਾਂ ਨਹੀਂ ਕਹਿੰਦਾ ਜਾਣ ਬੁੱਝ ਕੇ ਉਹਨਾਂ ਕੀਤਾ ਹੀ ਕੁਝ ਨਹੀਂ ਦੂਜੀ ਚੀਜ਼ ਸੁਣੋ ਕੈਪਟਨ ਸਾਹਿਬ ਉੱਤੇ ਸਵਾਲ ਕਰਦੇ ਨੇ ਮੈਂ ਕਹਿੰਦੀ ਫੇਵਰ ਨਹੀਂ ਕਰਦਾ ਪੰਜਾਬੀਆਂ ਇਹ ਤਾਂ ਕੋਈ ਗਮਰਾ ਹੋਣਾ ਕਿਉਂਕਿ ਅਸੀਂ ਲੋਕ ਕੀ ਕਰਦੇ ਆ ਸੰਨੀ ਦੋਲ ਆ ਗਿਆ ਅੱਜ ਤੁਸੀਂ ਪੰਜਾਬ 'ਚ ਸਲਮਾਨ ਖਾਨ ਖੜਾ ਕਰਦੇ ਹੋ ਅਸੀਂ ਉਹਦਾ ਨੇ ਨੂੰ ਵੋਟਾਂ ਤੇ ਵੋਟਾਂ ਪਾ ਦੇਣੀਆਂ ਨੇ ਮੈਂ ਕਹਿੰਨਾ ਕਿ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਇਹ ਸਵਾਲ ਕਰਦੇ ਨੇ ਕਿ ਤੈਨੂੰ 4 ਸਾਲ ਹੋਏ ਤੈਨੂੰ ਮંત્રીਆਂ ਦੇ ਉੱਤੇ ਥੋੜੀ ਬਿਠਾ ਦੇਣਾ 97 'ਚ ਕੈਪਟਨ ਸਾਹਿਬ ਨੂੰ ਕਾਲੀ ਦਲ ਤੋਂ ਟਿਕਟ ਨਹੀਂ ਮਿਲਦੀ 2000 ਦੇ ਵਿੱਚ ਉਹ ਕਾਂਗਰਸ ਜੁਆਇਨ ਕਰਦੇ ਨੇ ਆਪ ਤੇ 2002 'ਚ ਮੁੱਖ ਮੰਤਰੀ ਬਣ ਕੇ ਫਿਰ ਉਦੋਂ ਕਿਸੇ ਨੇ ਸਵਾਲ ਨਹੀਂ ਕੀਤਾ ਇਤਿਹਾਸ ਕਿਤੇ ਨਾ ਕਿਤੇ ਆਪਣੇ ਆਪ ਨੂੰ ਦਰਾਉਂਦਾ ਤੇ ਮੇਰਾ ਖਾਲੋ ਦਰਾਊਗਾ ਸੋ ਜਿਵੇਂ ਤੁਸੀਂ ਇਲਜ਼ਾਮ ਲਾ ਰਹੇ ਹੋ ਤੇ ਮੰਨ ਲਓ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆ ਜਾਂਦਾ ਜਾਂ ਹੋਰ ਪਾਰਟੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਵੀ ਆ ਰਹੀਆਂ ਵੀ ਮਨਦੀਪ ਮੰਨਾ ਵੀ ਹੁਣ 2022 ਜਿਹੜੀ ਲੜ ਸਕਦੇ ਆ ਕਿਤੇ ਇਹਨਾਂ ਨਾਲ ਉਹ ਵੀ ਅੱਜ ਤੁਸੀਂ ਦੂਸ਼ਣਵਾਦੀਆਂ ਲਾ ਰਹੇ ਹੋ ਤੇ ਜੇ ਕੱਲ ਨੂੰ ਸਿੱਧੂ ਦੀ ਕਮਾਂਡ ਵਾਲੀ ਕਾਂਗਰਸ ਬਣ ਗਈ ਉਦੇ ਤੋਂ ਹੀ ਤੁਸੀਂ ਚੋਣ ਲੜੋ ਥੱਲੀ ਸਾਹਿਬ ਮੈਂ ਕਦੀ ਜ਼ਮੀਰ ਨਹੀਂ ਵੇਚਿਆ ਐਮਐਲਏ ਬਣਨਾ ਕੋ ਮੇਰਾ ਮਤਲਬ ਟਾਸਕ ਨਹੀਂ ਹੈਗਾ ਐਮਪੀ ਬਣਨਾ ਕੋ ਮੇਰਾ ਨਿਸ਼ਾਨਾ ਨਹੀਂ ਹੈਗਾ ਬਣਨਾ ਮਤਲਬ ਮੈਂ ਇਲੈਕਸ਼ਨ ਤੋਂ ਇਨਕਾਰ ਹੀ ਵੀ ਨਹੀਂ ਹੈਗਾ ਕਿ ਮੈਂ ਸਿਆਸਤ ਨਹੀਂ ਕਰਨੀ ਸਿਆਸੀ ਬੰਦਾ ਵਾਂ ਕੋਈ ਚੰਗੇ ਬੰਦਿਆਂ 'ਚ ਮੌਕਾ ਮਿਲੂਗਾ ਮੈਂ ਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ ਕਹਿਣਾ ਕਿ 11 ਮਹੀਨੇ ਨੇ ਤੁਹਾਡੇ ਕੋਲ ਅਜੇ 8-9 ਮਹੀਨੇ ਨੇ ਤੁਸੀਂ ਬੇਦਬੀ ਦੀ ਸੌਂ ਖਾਦੀ ਸੀਗੀ ਤੁਸੀਂ ਇਹਦੇ 'ਤੇ ਲੋਕਾਂ ਨੂੰ ਇਨਸਾਫ ਦੋ ਤੁਸੀਂ ਕਿਤੇ ਨਾ ਕਿਤੇ ਤੇ ਸੱਚੇ ਹੋ ਜੇ ਤੁਸੀਂ ਪੰਜਾਬ ਦੇ ਪ੍ਰਤੀ ਸੱਚੇ ਹੋ ਮੈਂ ਤੁਹਾਡੇ ਨਾਲ ਵੀ ਵਿਚਾਰ ਕਰ ਸਕਦਾ ਮੇਰੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਥੋੜੀ ਹੋ ਤੁਸੀਂ ਦੂਜੀ ਚੀਜ਼ ਸਿੱਧੂ ਸਾਹਿਬ ਕੋਲ ਟਾਈਮ ਹੈ ਮੈਂ ਤੇ 2 ਸਾਲ ਤੋਂ ਕਹਿ ਰਿਹਾ ਕਿ ਸਿੱਧੂ ਸਾਹਿਬ ਤੋਂ ਕਰਪਸ਼ਨ ਕੀਤੀ ਸਾਰੇ ਹੀ ਚੋਰ ਨੇ ਇੱਥੇ ਸਿਆਸਤ ਦੇ ਵਿੱਚ ਠੀਕ ਹੁਣ ਹੁਣ ਤੇਰ ਕੋ ਵੀ 8 9 ਮਹੀਨੇ ਹੈਗੇ ਆ ਕੱਲਾ ਟਵਿੱਟਰ ਦੇ ਉੱਤੇ ਨਾ ਲੜ ਕੱਲਾ YouTube ਦੇ ਉੱਤੇ ਨਾ ਲੜ ਆ ਪੰਜਾਬ ਚ ਨਿਕਲ ਬੜੇ ਬੜੇ ਬੰਦੇ ਨੇ ਜਿਨ੍ਹਾਂ ਦਾ ਬਾਅਦ ਚ ਸੁਧਰ ਜਾਂਦਾ ਜਦੋਂ ਉਹ ਨੀਤਨਾ ਕੰਮ ਕਰਦੇ ਨੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਨੇ 11 8 9 10 ਮਹੀਨੇ ਜਿਹੜੇ ਹੈਗੇ ਆ ਆ ਪੰਜਾਬ ਲਈ ਲੜ ਪੰਜਾਬ ਦਾ ਕੱਲਾ ਕੱਲਾ ਮੁੱਦਾ ਚੁੱਕ ਸੜਕਾਂ ਤੇ ਉੱਤਰ ਤੇ ਅਸੀਂ ਤੇਰੇ ਤੇ ਵੀ ਵਿਚਾਰ ਕਰਾਂਗੇ ਤੇਰੇ ਨਾਲ ਲੜਨਾ ਕਿ ਨਹੀਂ ਤੇਰੇ ਤੇਰੇ ਨਾਲ ਮਤਲਬ ਖਲੋਣਾ ਕਿ ਨਹੀਂ ਖਲੋਣਾ ਪੰਜਾਬ ਤੇ ਮਰ ਰਿਆ ਯਾਰ ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਕਰੀਏ ਤੇ ਜੇ ਤੁਸੀਂ ਟਾਈਮ ਦੇ ਟਾਈਮ ਹੀ ਆਉਣਾ ਵੇਖ ਕੇ ਵੀ ਮੈਂ ਕਿ ਵੇਖੋ ਚਿਹਰਾ ਉਹਦਾ ਵੱਡਾ ਹਰ ਪਾਰਟੀ ਨੂੰ ਉਹਨੂੰ ਪ੍ਰੇਫਰੈਂਸ ਦੇਣੀ ਹੈ ਚਾਹੇ ਉਹ ਆਪ ਹੈ ਚਾਹੇ ਉਹ ਬੀਜੇਪੀ ਹੈ ਚਾਹੇ ਕਾਂਗਰਸ ਹੈ ਤੇ ਜੇ ਤੁਸੀਂ ਟਾਈਮ ਦੇ ਟਾਈਮ ਹੀ ਆਉਣਾ ਅਕਤੂਬਰ ਨਵੰਬਰ ਚ ਜਦੋਂ ਚੋਣ ਜਾਬਤਾ ਲੱਗਣਾ ਉਦੋਂ ਮੈਂ ਆ ਕੇ ਇਲੈਕਸ਼ਨ ਨਹੀਂ ਤੇ ਮਨਦੀਪ ਸਿੰਘ ਮਾਨਾ ਕਦੀ ਵੀ ਨਹੀਂ ਨਾਲ ਜਾਊਗਾ ਇਹਨਾਂ ਤੇ ਤੇ ਫਿਰ ਬਾਕੀ ਦੇ ਲੀਡਰ ਨੂੰ ਅਸੀਂ ਇਹ ਦੇਖਿਆ ਵੀ ਉਹ ਪ੍ਰੋ ਪਬਲਿਕ ਹੋ ਕੇ ਚੱਲਦੇ ਨੇ ਲੋਕਾਂ ਲੋਕਪੱਕੀ ਹੋ ਕੇ ਚੱਲ ਰਹੇ ਨੇ ਕਿਉਂਕਿ ਜਦੋਂ ਵੀ ਗੱਲ ਆਉਂਦੀ ਹੈ ਨਵਜੋਤ ਸਿੰਘ ਸਿੱਧੂ ਦੀ ਤਾਂ ਉਹ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਬੰਦਾ ਸਾਡੀ ਥੱਲੀ ਸਾਹਿਬ ਇਹ ਮੇਰੇ ਖਿਆਲ ਆਪਾਂ 9ਵੀਂ 10ਵੀਂ ਮੰਜ਼ਲ ਤੇ ਆ ਜੇ ਨਵਜੋਤ ਸਿੰਘ ਸਿੱਧੂ ਦੀਆਂ ਫਾਈਲਾਂ ਗਲਤ ਨੇ ਮੇਰੇ ਕੋਲ ਤੇ ਸਿੱਧੂ ਸਾਹਿਬ ਕੋਲ ਤੇ ਟੌਪ ਟੌਪ ਦੇ ਵਕੀਲ ਨੇ ਫਾਦਰ ਇਹਨਾਂ ਤੇ ਐਡਵੋਕੇਟ ਜਰਨਲ ਰਹੇ ਇਹਨਾਂ ਦੇ ਕਈ ਚੱਲੇ ਹੋਣਗੇ ਮੈਨੂੰ ਕੋਰਟ ਚ ਕਸੀਡ ਲੈਣ ਤੇ ਜੇ ਨਹੀਂ ਦਨ ਮੈਨੂੰ ਕੋਰਟ ਦੇ ਰਾਹੀਂ ਸਜ਼ਾ ਨਹੀਂ ਮਿਲ ਸਕਦੀ ਮੇਰੀ ਇੱਕ ਵੀ ਫਾਈਲ 'ਚ ਗਲਤੀ ਹੋਵੇ ਸਿੱਧੂ ਸਾਹਿਬ ਦਾ ਕੱਦ ਹੈ ਸਿੱਧੂ ਸਾਹਿਬ ਕੋਲ ਪਾਵਰ ਹੈ ਸਿੱਧੂ ਸਾਹਿਬ ਮੇਰੇ ਤੇ ਪਰਚਾ ਦਰਜ ਕਰਾ ਦੇਣ 420 ਦਾ ਜੇ ਇਹ ਵੀ ਨਹੀਂ ਹੁੰਦਾ ਲਓ ਮੈਂ ਤੁਹਾਡੇ ਨਾਲ 20 ਫਾਈਲਾਂ ਮੈਂ ਤੁਹਾਡੇ ਅੱਗੇ ਰੱਖ ਦਿੰਨਾ ਜਿੰਨੀਆਂ ਵੀ 20 18 19 ਜਿੰਨੀਆਂ ਵੀ ਹੈਗੀਆਂ ਨੇ ਜੇ ਉਹ ਫਾਈਲਾਂ ਦੇ ਵਿੱਚ ਤੁਸੀਂ ਅੱਖੀ ਨਾਲ ਮੰਨੋ ਵੀ ਇਹਦੀ ਗਲਤੀ ਹੈਗੀ ਆ ਤੇ ਆ ਸਿੱਧੀ ਸਿੱਧੀ ਕ腐ਸ਼ਨ ਹੈਗੀ ਤੇ ਮੈਂ ਇਥੋਂ ਨੌਵੀਂ ਮੰਜ਼ਲ ਤੋਂ ਛਾਲ ਮਾਰ ਦੂੰਗਾ ਕੀ ਫੇਰ ਤੁਸੀਂ ਇਹ ਕਬੂਲ ਕਰ ਤੁਸੀਂ ਕਹਿੰਦੇ ਹੋ ਛਾਲ ਮਾਰ ਦਾਂਗਾ ਪਰ ਜੇ 20 ਫਾਈਲਾਂ ਤੁਹਾਡੇ ਕੋਲ ਹੈ ਤਾਂ ਕੀ ਕੋਈ ਅਜਿਹਾ ਮਾਈ ਦਾ ਲਾਲ ਵਕੀਲ ਹੀ ਨਹੀਂ ਹੈਗਾ ਜਿਹੜਾ ਉਹਨਾਂ ਫਾਈਲਾਂ ਦੇ ਬੇਜ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਅੰਦਰ ਕਰਾ ਦੇ ਜੇ ਤੁਸੀਂ ਚੈਲੰਜ ਕਰਦੇ ਹੋ ਅਦਾਲਤ ਕੋਟਾਂ ਦਾ ਤਾਂ ਉਹ ਵੀ ਕਰ ਦੇਗਾ ਵੀ ਜੇ ਤੁਹਾਡੇ ਕੋਲ 20 ਫਾਈਲਾਂ ਤਾਂ ਉਹ 20 ਫਾਈਲਾਂ ਦੇ ਆਧਾਰ ਤੇ ਮੈਨੂੰ ਸਜ਼ਾ ਦਵਾ ਕੇ ਦਿਖਾਓ ਅੱਛਾ ਜੀ ਤੁਸੀਂ ਦੇਖੋ ਇਦੀ ਵਾਈਫ ਦੀ ਰਿਕਾਰਡਿੰਗ ਹੈ ਮੇਰੇ ਕੋਲ। ਇਹਦੀ ਵਾਈਫ ਦੇ ਚੈੱਕ ਜਿਹੜੇ ਮਤਲਬ ਸਪੋਰਟਸ ਕਲੱਬ ਦੇ ਪੈਸੇ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਪੀ ਸਿੱਧੇ ਪੈਸੇ ਕਢਾ ਕੇ ਲੈ ਆਏ ਨੇ ਜਿਹੜੇ ਇਹਨਾਂ ਦੇ ਦਮਾਦ ਵੀ ਨੇ। ਇਹੋ ਇਹੋ ਜੇ ਮੇਰੇ ਕੋਲ ਪ੍ਰੂਫ ਨੇ। ਤੁਸੀਂ ਕਾਰਵਾਈ ਕਰਨ ਦੀ ਗੱਲ ਕਰਦੇ ਹੋ। ਇੱਕ ਦੋ ਮੁੱਦੇ ਮੈਂ ਹਾਈ ਕੋਰਟ ਦੇ ਵਿੱਚ ਲੈ ਕੇ ਗਿਆ। ਮਤਲਬ ਉਹ ਹੋਰ ਮੁੱਦੇ ਸੀਗੇ ਕਿਸੇ ਹੋਰ ਮੰਤਰੀ ਦੇ ਸੀਗੇ। ਅੱਜ ਤੱਕ ਉਹ ਕੋਟਾਂ ਦੇ ਵਿੱਚ ਰੋਲਦੇ ਫਿਰਦੇ ਨੇ। ਉੱਥੇ ਵਕੀਲ ਲੜਦੇ ਨੇ। ਪਿੱਛੇ ਜੇ ਹਸਪਤਾਲ ਵਾਲਾ ਈਸ਼ੂ ਮੈਂ ਚੁੱਕਿਆ। ਇੱਥੇ ਹੁੰਦਾ ਕੀ ਹੈ ਕੋਰਟ ਦੇ ਖਿਲਾਫ ਬੋਲਦਾ ਨਹੀਂ ਨਾ ਡਰਦਾ। ਹੁੰਦਾ ਕੀ ਹੈ ਇੱ ਜੇ ਜਲਸਨ ਕੋਟਾ ਕਿਤੇ ਵੀ ਆ ਉਹੀ ਮੁੜ ਕੇ ਕੱਲ ਨੂੰ ਜੱਜ ਬਣ ਜਾਂਦਾ ਤੇ ਜਿਹੜੇ ਵਕੀਲ ਉਹਦੇ ਸਾਥੀ ਹੁੰਦੇ ਨੇ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਵਕੀਲ ਕਰ ਲੈਂਦੇ ਨੇ ਅੱਜ ਤੱਕ ਉਸ ਕੇਸ ਦਾ ਕੁਝ ਬਣਿਆ ਹਾਈ ਕੋਰਟ ਚ ਰਲਦਾ ਫਿਰਦਾ ਉੱਥੇ ਮਤਲਬ ਉਹਨਾਂ ਮਰਜ਼ੀ ਦੇ ਨਾਲ ਵਕੀਲ ਕੀਤੇ ਜਿਹੜੇ ਕੇਸ ਨੂੰ ਆਪਣੇ ਅਨਸਾਰ ਘਮਾਉਂਦੇ ਨੇ ਕੀ ਕਰੂੰਗਾ ਮੈਂ ਕੋਰਟ ਦੇ ਵਿੱਚ ਜਾ ਕੇ ਤੁਸੀਂ ਸੈਟ ਵਾਲਾ ਲਾ ਲਓ ਕੁੰਮਰ ਵਿਜੇ ਪ੍ਰਤਾਪ ਦੇ ਉੱਤੇ ਬੜੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਇਹਦੀ ਜਾਂਚ ਦੇ ਉੱਤੇ ਬੜੇ ਸ਼ੰਕੇ ਨੇ ਜੀ ਇਹਨੇ ਨਿੱਜੀ ਤੌਰ ਤੇ ਕੀਤੀ ਆ ਕੁੰਮਰ ਵਿਜੇ ਪ੍ਰਤਾਪ ਦੇ ਉੱਤੇ ਸ਼ੰਕੇ ਪ੍ਰਗਟ ਹੋ ਸਕਦੇ ਨੇ ਸਾਡੇ ਆ ਮੰਤਰੀ ਜੀ ਵੀ ਬੋਲ ਰਹੇ ਸੀ ਸੁਖੀ ਰੰਧਾਵਾ ਕੋ ਕੋਟ ਬਾਰੇ ਮੂੰਹ ਖੋਲਣ ਨੂੰ ਤਿਆਰ ਨਹੀਂ ਯਾਰ ਮਤਲਬ ਕੀ ਐਡੀ ਕੀ ਦਹਿਸ਼ਤ ਹੈ ਕਿ ਤੁਸੀਂ ਸੱਚ ਵੀ ਨਹੀਂ ਬੋਲ ਸਕਦੇ ਕੋ ਮੈਂ 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 ਬੇਤੀ ਕਰ ਲਗਾ ਜੀ ਮੈਂ ਮੈਂ ਤੁਹਾਨੂੰ ਰਿਕੁਐ ਕੋਰਟ ਨੇ ਇੱਕ ਫੈਸਲਾ ਦਿੱਤਾ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਵੀ ਇਹ ਸੈਟ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਚਲੋ ਮੰਨ ਲਈ ਕੋਰਟ ਦੀ ਗੱਲ ਇਹਨੇ ਜਾਂਚ ਜਿਹੜੀ ਉਹ ਤੱਥਾਂ ਦੇ ਮਤਲਬ ਉਧਾਰਤ ਨਹੀਂ ਸਾਈਡ ਤੇ ਹੋ ਕੇ ਕੀਤੀ ਮੈਂ ਕਹਾਂ ਮੰਨ ਲਈ ਇਹਨਾਂ ਦੀ ਗੱਲ ਕੋਰਟ ਦੇ ਵਿੱਚੋਂ ਸਾਨੂੰ ਰਿਲੀਫ ਕਿਸ ਚੀਜ਼ ਦੀ ਮਿਲਦੀ ਆ ਮੈਂ ਇੱਕ ਮਤਲਬ ਕਿਸੇ ਨੂੰ ਛੱਟਪੇਟ ਲਈ ਆ ਉਹਦੀ ਮੈਂ ਬੇਲ ਲਾਉਣਾ ਉੱਥੇ ਜਾ ਕੇ ਉਸ ਕੇਸ ਦੀ ਮੈਨੂੰ ਮਤਲਬ ਰਿਲੀਫ ਮਿਲਦੀ ਆ ਨਾ ਇੱਕ ਕੇਸ ਮੇਰੇ ਤੇ ਪਹਿਲਾਂ ਆਇਆ ਜਾਂ ਇੱਕ ਇੱਕ ਮੈਂ ਜੁਰਮ ਪਹਿਲਾਂ ਕਰ ਸਕਾਂ ਜਾਂ ਮੇਰੇ ਨਾਲ ਜਗਦੀਪ ਹੁਣਾ ਨੇ ਉਹ ਕਾਰਵਾਈ ਕੀਤੀ ਆ ਕਿਸੇ ਨੂੰ ਛੱਟ ਲਾਉਣ ਦੀ ਤੇ ਮੇਰੇ ਨਾਲ ਉਹ ਜਗਦੀਪ ਹੁਣਾ ਨੂੰ ਵੀ ਕੋਰਟ ਕਦੀ ਬੇਲ ਦੇ ਦਿੰਦੀ ਆ ਇਸ ਤਰ੍ਹਾਂ ਸੁਣਿਆ ਬਾਦਲਾ ਨੇ ਰਿਲੀਫ ਮੰਗੀ ਨਹੀਂ ਰਿਲੀਫ ਤੇ ਮੰਗ ਰਹੇ ਪੁਲਿਸ ਅਫਸਰ ਉਹਦੇ ਵਿੱਚ ਤੇ ਕੋਰਟ ਜਿਹੜੀ ਉਹ ਬਾਦਲਾਂ ਨੂੰ ਵੀ ਕਲੀਨ ਚਿੱਟ ਦੇ ਦਿੰਦੀ ਕੀ ਗੱਲ ਕੋਰਟ ਦੇ ਉੱਤੇ ਕੋਈ ਸ਼ੰਕਾ ਮਤਲਬ ਮਨਛਾ ਦੇ ਉੱਤੇ ਕੋਈ ਸ਼ੰਕਾ ਨਹੀਂ ਪ੍ਰਗਟ ਕਰਦਾ ਕੋਈ ਡਰਦਾ ਬੋਲਦਾ ਨਹੀਂ ਮੈਨੂੰ ਵੀ ਸਾਦ ਲੂਗੀ ਕੋਰਟ ਮਤਲਬ ਮੈਂ ਮੈਂ ਕਿੱਥੇ ਤਰੀਕਾ ਭੁਗਦੇ ਫਿਰਨਾ ਤੇ ਅਖੀਰ ਮੈਨੂੰ ਵੀ ਡਰ ਕੇ ਕਹਿਣਾ ਪਊਗਾ ਨਹੀਂ ਮਾਈ ਲਾਰਡ ਮੇਰੇ ਕੋ ਗਲਤੀ ਹੋ ਗਈ ਜੀ ਇਹੋ ਕਹਿ ਸਕਦਾ ਨਾ ਮੈਂ ਕੋਈ ਮਤਲਬ ਉਹਦੀ ਜਾਂਚ ਦੇ ਉੱਤੇ ਤੁਸੀਂ ਸ਼ੰਕੇ ਨੇ ਤੇ ਜਿਹੜੀ ਚੀਜ਼ ਮੰਗੀ ਨਹੀਂ ਗਈ ਕੋਰਟ ਕੋਲੋਂ ਤੇ ਕੀ ਕਰਾਂ ਮੈਂ ਕੋਰਟ ਦੇ ਵਿੱਚ ਜਾ ਕੇ ਦੱਸੋ ਜੇ ਫਿਰ ਸਰਕਾਰ ਨੂੰ ਵੀ ਹਾਈ ਕੋਰਟ ਦੇ ਉੱਤੇ ਸ਼ੰਕਾ ਤਾਂ ਹੀ ਸੁਪਰੀਮ ਕੋਰਟ ਜਾਣ ਦੀਆਂ ਗੱਲਾਂ ਕਰ ਰਹੇ ਆ ਤੇ ਇਹ ਇਹ ਮੈਂ ਅੱਜ ਦਾ ਥੋੜੀ ਕਹਿ ਰਿਹਾ ਜਿਸ ਦਿਨ ਦੀ ਜਾਂਚ ਚੱਲ ਰਹੀ ਆ ਤੁਹਾਡੇ ਚੈਨਲ ਤੇ ਵੀ ਮੈਂ ਬੋਲ ਚੁੱਕਾ ਹਾਂ ਕਿ ਇਹ ਜਾਂਚ ਨੂੰ ਮਤ ਸੋਚੋ ਇਹ ਮੁੱਕ ਜਣੀ ਹੈ 1984 ਵਾਲੇ ਦੰਗਿਆਂ ਦੀ ਜਾਂਚ ਚੱਲੀ ਉਹਦੇ ਸਿਰ ਦੇ ਉੱਤੇ ਕਾਲੀ ਦਲ ਨੇ 40 ਇਲੈਕਸ਼ਨ ਲੜੀਆਂ ਨੇ ਮੂਹ ਨਾ ਕਣੀਆਂ ਸੌਕੀਆਂ ਨੇ 40 ਮੈਂ ਤੁਹਾਨੂੰ ਗਿਣਾ ਦਿੰਨਾ ਚਾਰ ਪੰਜ ਵਿਧਾਨ ਸਭਾ ਦੀਆਂ ਹੋਣਗੀਆਂ ਚਾਰ ਪੰਜ ਲੋਕ ਸਭਾ ਦੀਆਂ ਹੋਣਗੀਆਂ ਦਿੱਲੀ ਕਮੇਟੀ ਦੀਆਂ ਹੋਣਗੀਆਂ ਕਾਉਂਸਲਰਸ ਦੀਆਂ ਹੋਣਗੀਆਂ ਸਰਪੰਚੀ ਦੀਆਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣਗੀਆਂ ਤੇ ਕੈਪਟਨ ਮਰਿੰਦਰ ਸਿੰਘ ਬੇਦਵੀ ਦੇ ਉੱਤੇ ਦੋ ਚਾਰ ਪੰਜ ਦਾ ਇਲੈਕਸ਼ਨ ਪੰਜ ਤੇ ਜਿੱਤ ਚੁੱਕੇ ਨੇ ਵਿਧਾਨ ਸਭਾ ਲੋਕ ਸਭਾ ਦੋ ਵਾਰੀ ਇੱਕ ਵਾਰੀ ਲੋਕ ਸਭਾ ਬਾਈ ਇਲੈਕਸ਼ਨ ਕਾਉਂਸਲਰ ਦੀਆਂ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਸਰਪੰਚੀ ਆ ਪੰਜ ਸੱਤ ਤੇ ਜਿੱਤ ਚੁੱਕਣਗੇ ਤੇ ਇਹ 20 30 ਇਲੈਕਸ਼ਨਾਂ ਨਹੀਂ ਜਿੱਤਣਗੇ ਹੁਣ ਕੀ ਹੈ ਇੱਥੇ ਜਦੋਂ ਕੇਸ ਚੱਲਿਆ ਫਿਰ ਤੁਸੀਂ ਮੈਂ ਕੋਈ ਮਤਲਬ ਕ੍ਰਾਈਮ ਕਰਦੇ ਆ ਕਦੀ ਸਾਡੇ ਤੇ ਸਿੱਟ ਬੈੰਦੀ ਸਾਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਡੇ ਮਾਂ ਬਾਪ ਸਾਡੇ ਰਿਸ਼ਤੇਦਾਰ ਇਨਕੁਆਇਰੀ ਲਵਾਉਂਦੇ ਨੇ ਜਾ ਕੇ ਮਹਾਰਾਜ ਸਿੱਟ ਬਿਠਾ ਦਿਓ ਜੀ ਸਾਡੇ ਬੰਦੇ ਗੁਨਾਹਗਾਰ ਨਹੀਂ ਹੈ ਇਹ ਮਤਲਬ ਇਹਨਾਂ ਗੁਨਾਹ ਨਹੀਂ ਕੀਤਾ ਹੈਗਾ ਉਸ ਤੋਂ ਬਾਅਦ ਸਿੱਟ ਦੇ ਉੱਤੇ ਫੈਸਲਾ ਇਹਨਾਂ ਦੋਸ਼ ਇਹਨਾਂ ਦੇ ਉੱਤੇ ਲੱਗੇ ਐਫ ਆਈ ਆਰ ਇਹਨਾਂ ਦੇ ਉੱਤੇ ਦਰਜ ਹੋਵੇ ਤੇ ਪਹਿਲਾਂ ਸੈਟ ਬਿਠਾ ਦਿੱਤੀ ਜਾਵੇ ਜਾਂਚ ਕਿ ਕਿੰਨੀਆਂ ਜਾਂਚਾਂ ਕਰਾਉਣੀਆਂ ਜਸਟਿਸ ਰਣਜੀਤ ਸਿੰਘ ਦੀ ਜਸਟਿਸ ਜੋਰਾ ਸਿੰਘ ਦੀ ਇਹ ਮੈਂ ਕਿਹਾ 30 40 ਸਾਲੇ ਵੀ ਚੱਲੇਗਾ ਹੋਣਾ ਕੀ ਹੈ ਕਿ ਪਹਿਲਾਂ ਲੋਕਲ ਕੋਰਟ ਦੇ ਵਿੱਚ ਗਿਆ 5-4 ਸਾਲ ਤੁਹਾਡੇ ਉੱਥੇ ਲੱਗਣਗੇ ਉਹਨੂੰ ਚੁੱਕ ਕੇ ਤੁਸੀਂ ਹਾਈ ਕੋਰਟ ਲੈ ਕੇ ਜਿਹੜਾ ਹੁਣ ਤੁਸੀਂ ਕੀਤਾ ਹਾਈ ਕੋਰਟ ਦੇ ਵਿੱਚੋਂ ਚਾਰ ਤੁਸੀਂ ਕੀ ਸਮਝਦੇ ਸੁਪਰੀਮ ਕੋਰਟ ਸਾਡੀ ਵਾਰੀ ਆ ਜਾਣੀ ਅੱਜ ਜੀ ਸੁਪਰੀਮ ਕੋਰਟ 'ਚ ਕੇਸ ਚੱਲੂਗਾ ਸੁਪਰੀਮ ਕੋਰਟ ਮੰਨ ਲਓ ਦੋਸ਼ੀਆਂ ਦੇ ਖਿਲਾਫ ਕਹਿ ਦੂਗੀ ਕਿ ਇਹ ਇਹ ਬਿਲਕੁਲ ਜਾਂਚ ਇਹਦੀ ਕੀਤੀ ਜਾਵੇ ਫਿਰ ਉਹਦਾ ਟ੍ਰਾਇਲ ਜਿਹੜਾ ਉਹ ਲੋਅਰ ਕੋਰਟ ਚੱਲੂਗਾ ਲੋਅਰ ਕੋਰਟ ਤੋਂ ਮੰਨ ਲਓ ਉਹ ਉਹ ਜੇ ਦੋਸ਼ੀ ਸਾਫ਼ਤ ਹੋ ਜਾਂਦੇ ਨੇ ਫਿਰ ਸੈਸ਼ਨ ਦੇ ਵਿੱਚ ਚੱਲੂਗਾ ਫਿਰ ਹਾਈ ਕੋਰਟ ਚੱਲੂਗਾ ਫਿਰ ਸੁਪਰੀਮ ਤੁਸੀਂ ਕੀ ਨਿਆਂ ਦੀ ਭਾਲ ਕਰਦੇ ਹੋ ਇਹਦੇ ਵਿੱਚ ਜਿਹੜੇ ਮਤਲਬ ਜੁਰਮ ਕਰਨ ਵਾਲੇ ਨੇ ਉਹ ਵੀ ਮਰ ਜਾਂਦੇ ਨੇ ਜਿਹੜੇ ਮਤਲਬ ਜਿੰ ਨਾ ਮਤਲਬ ਸਮਟ ਪਾ ਦਿੱਤਾ ਜਾਂਦਾ ਤੁਹਾਡੇ ਸਾਹਮਣੇ ਨੇ ਕੋਟਾਂ ਦੇ ਕਿੰਨੇ ਕ ਫੈਸਲੇ ਛੇਤੀ ਆਉਂਦੇ ਨੇ ਮੈਨੂੰ ਦੱਸੋ ਹੁਣ ਫਿਰ ਇਹ ਮੰਨੀਏ ਕਿ ਚੱਲਿਏ ਵੀ ਇੱਥੇ ਇਨਸਾਫ਼ ਹੈ ਹੀ ਨਹੀਂ ਆ ਫਿਰ ਫਿਰ ਸਹੀ ਆ ਵੀ ਨੌਜਵਾਨ ਜਿਹੜੇ ਆਇਲੈਂਟਸ ਕਰਕੇ ਜਾ ਰਹੇ ਆ ਬਾਈ ਚੱਲ ਜੋ ਇੱਥੋਂ ਯਾਰ ਠੀਕ ਐ ਵਧੀਆ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਕੰਮ ਚੱਲਦਾ ਹੋ ਜਾਊਗਾ ਤੇ ਨਾਲੇ ਆਪਣਾ ਇੱਥੋਂ ਨਿਕਲੋ ਇਹੀ ਕਿਹਾ ਜਾ ਸਕਦਾ ਫਿਰ ਤੇ ਇਮੀਗ੍ਰੇਸ਼ਨ ਦਾ ਕੰਮ ਨਹੀਂ ਚੱਲਣਾ ਮੈਂ ਹੁਣ ਤੁਹਾਨੂੰ ਇਹ ਵੀ ਨਵਾਂ ਖਲਾਸਾ ਇੱਕ ਕਰ ਦਵਾਂ ਕਿਉਂ ਜੀ ਮੈਂ 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 ਦੱਸ ਰਿਹਾ ਜੀ ਤੁਹਾਨੂੰ ਤੁਸੀਂ ਮੇਰੀ ਗੱਲ ਪੂਰੀ ਹੋਣਾਂ ਦਿਓ ਮੈਂ ਫਿਰ ਲੋਕਾਂ ਨੂੰ ਕਹਿਣਾ ਕਿ ਬਦਬੀ ਦੇ ਉੱਤੇ ਇਹਨਾਂ ਦੋ ਤਿੰਨ ਇਲੈਕਸ਼ਨਾਂ ਜਿੱਤਣੀਆਂ ਨੇ ਜਿੱਤਣੀਆਂ ਨੇ ਸਾਨੂੰ ਛਦਾਈ ਬਣਾਉਣਾ ਤੁਸੀਂ ਮੇਰੀ ਗੱਲ ਨੂੰ ਤੁਸੀਂ ਦੂਜੇ ਪਾਸੇ ਲੈ ਗਏ ਸੀ ਕਿ ਤੁਸੀਂ ਬਦਬੀ ਦੀ ਜਾਂਚ ਮੈਂ ਲੋਕਾਂ ਨੂੰ ਕਹਿਣਾ ਕਿ ਆਪਾਂ ਹੋਰ ਪਾਸੇ ਵੀ ਨਾਲ ਤੁਰੀਏ ਸਾਡੇ ਪੰਜਾਬ 'ਚ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਸਾਡੇ ਪੰਜਾਬ 'ਚ ਨੌਜਵਾਨਾਂ ਨੂੰ ਮਤਲਬ ਨੌਕਰੀਆਂ ਚਾਹੀਦੀਆਂ ਨੇ ਪੜ੍ਹਾਈ ਚਾਹੀਦੀ ਹੈ ਬਜ਼ੁਰਗਾਂ ਨੂੰ ਮੈਡੀਕਲ ਚਾਹੀਦਾ ਕੁਝ ਵੀ ਨਹੀਂ ਉਹਨਾਂ ਮੁੱਦਿਆਂ ਦੇ ਉੱਤੇ ਤਾਂ ਕੋਈ ਚਰਚਾ ਹੀ ਨਹੀਂ ਹੋ ਰਹੀ ਦੂਜੀ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ ਕਿ ਨੌਜਵਾਨ ਬਾਹਰ ਜਾਣਾ ਇਹ ਤਾਨੂੰ ਚੇਤਾ ਤੁਹਾਨੂੰ ਨਹੀਂ ਆਇਆ ਸ਼ਾਇਦ ਉਹ ਮੀਡੀਆ ਦੇ ਵਿੱਚ ਆਨ ਰਿਕਾਰਡ ਹੈ ਕਿ ਸਰਕਾਰ ਨੇ ਇੱਕ ਟੈਂਡਰ ਲਾ ਦਿੱਤਾ ਕਿ ਡੀਸੀ ਵੱਲੋਂ ਚਿੱਠੀਆਂ ਕੱਢੀਆਂ ਗਈਆਂ ਸਰਕਾਰ ਨੇ ਇੱਕ ਆਪਣੀ ਕੰਸਲਟੈਂਸੀ ਏਜੰਸੀ ਖੋਲ ਦਿੱਤੀ 60-70 ਲੱਖ ਦਾ ਉਹ ਟੈਂਡਰ ਗਿਆ ਡੀਸੀਜ਼ ਨੇ ਆਈਲੈਟ ਸੈਂਟਰਾਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਜਿੰਨੇ ਵੀ ਹੁਣ ਤੁਹਾਡੇ ਕੋਲ ਬੱਚੇ ਬਾਹਰ ਜਾਣ ਦੇ ਇੱਛਕ ਨੇ ਪੜਾਈ ਦੇ ਸਿਰ ਤੇ ਆਈਲਰਟਸ ਕਰਦੇ ਨੇ ਤੇ ਪੜਾਈ ਦੇ ਸਿਰ ਤੇ ਜਾਂਦੇ ਨੇ ਨਾ ਉਹਨਾਂ ਦੀ ਜਿਹੜੀ ਕੰਸਲਟੇਸ਼ਨ ਆ ਉਹ ਸਰਕਾਰੀ ਤੌਰ ਤੇ ਹੋਇਆ ਕਰੂਗੀ ਔਰ ਸਰਕਾਰ ਨੂੰ 2.5 ਲੱਖ ਰੁਪਏ ਉਹਦੇ ਵਿੱਚੋਂ ਕਮਿਸ਼ਨ ਆਉਣੀ ਸੀ ਜਿਹੜੀ ਸਰਕਾਰ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦਾ ਠੇਕਾ ਦਿੰਦੀ ਹੋਵੇ ਜਿੰਨੇ ਇੱਥੇ ਸਾਨੂੰ ਰੋਜ਼ਗਾਰ ਦੇਣਾ ਸੀਗਾ ਉਹ ਸਾਡੇ ਬੱਚਿਆਂ ਦਾ ਟੈਂਡਰ ਲਾ ਰਹੀ ਆ ਬਾਹਰ ਜਾਣ ਤੋਂ ਤੇ ਕੀ ਆਸ ਕਰਦੇ ਹੋ ਇਹ ਤੇ ਇਮੀਗ੍ਰੇਸ਼ਨ ਵਾਲੇ ਬਾਕੀ ਰਹਿੰਦੇ ਸੀ ਕਿ ਮੈਨੂੰ ਉਹਨਾਂ ਹੀ ਕਿਹਾ ਕਿ ਤੇ ਸਾਡਾ ਕੰਮ ਵੀ ਖਾ ਚੱਲੇ ਨੇ ਉਹ ਟੈਂਡਰ ਮੈਂ ਕਾ ਤੁਹਾਡੇ ਕੰਮ ਨਾਲ ਵਾਸਤੇ ਜਾਣਦੇ ਨੇ ਬੱਚੇ ਆਪਣੀ ਨੀਤ ਨਾਲ ਜਾਂਦੇ ਨੇ ਹੋ ਸਕਦਾ ਮੇਰੇ ਬੱਚਿਆਂ ਨੂੰ ਕੰਮ ਨਾ ਲੱਭੇ ਜਾਂ ਇੱਥੇ ਦਾ ਸਿਸਟਮ ਇਹ ਕਿ ਉਹ ਵੀ ਬਾਹਰ ਚਲੇ ਜਾਣ ਪਰ ਸਰਕਾਰੀ ਤੌਰ ਤੇ ਤੁਸੀਂ ਬੱਚਿਆਂ ਨੂੰ ਜਿਹੜੇ ਕਹਿੰਦੇ ਸੀ ਘਰ ਘਰ ਰਜਗਾਰ ਦੇਣਾ ਤੁਸੀਂ ਉਹਨਾਂ ਨੂੰ ਬਾਹਰ ਭੇਜਣ ਦੀ ਤਿਆਰੀ ਕੀਤੀ ਜੇ ਕੱਲਾ ਤੁਹਾਡਾ ਟੀਚਾ ਪੈਸੇ ਹੀ ਹੈਗਾ ਤੇ ਕੱਲ ਨੂੰ ਤੁਸੀਂ ਦੂਜੇ ਟੈਂਡਰ ਵੀ ਲਾਓ ਵੀ ਬੱਚਿਆਂ ਦੇ ਰਿਸ਼ਤੇ ਵੀ ਸਰਕਾਰੀ ਕਰਾਇਆ ਕਰੂਗੀ ਇਹਨਾਂ ਦੇ ਮੇਲ ਕਿਹੜੇ ਕਰਦੇ ਨੇ ਅਸੀਂ ਅਸੀਂ ਵੇਖਿਆ ਕਰਾਂਗੇ ਮਤਲਬ ਇਸ ਤਰੀਕੇ ਤੇ ਦੂਜੇ ਪਾਸੇ ਤੁਸੀਂ ਆਸ ਕਿਦ ਕੋ ਰੱਖਦੇ ਹੋ ਪਿੱਛੇ ਜੇ ਮੈਡਮ ਸਿੱਧੂ ਜਾਂਦੇ ਨੇ ਉਹ ਸਨੌਰ ਮੰਡੀ ਕੇ ਕਿੱਥੇ ਗਏ ਨੇ ਉੱਥੇ ਜਾ ਕੇ ਕਹਿੰਦੇ ਨੇ ਫੀਮ ਦੀ ਖੇਤੀ ਕਰੋ ਹਾਂ ਨਾ ਫੀਮ ਦੇ ਨਾਲ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਫੀਮ ਦੀ ਜੇ ਓਵਰਡੋਜ਼ ਵੀ ਲੈ ਲੋ ਤੁਸੀਂ ਤੇ ਬੱਚਾ ਮਰਦਾ ਨਹੀਂ ਉਹਦੇ ਨਾਲ ਨੌਜਵਾਨਾਂ ਨੂੰ ਫੀਮ ਦੀ ਲੋੜ ਹੈ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਨੇ ਕਮਾਲ ਹੋ ਗਈ ਯਾਰ ਤੁਸੀਂ ਇਹ ਕਹੋ ਕਿ ਸਮੈਕ ਬੰਦ ਕਰਕੇ ਹੁਣ ਫੀਮ ਚਾਲੂ ਕਰ ਲੋ ਇੱਕ ਨਸ਼ਾ ਬੰਦ ਕਰਕੇ ਦੂਜਾ ਨਸ਼ਾ ਦੇ ਦੋ ਤੁਸੀਂ ਫੀਮ ਚਾਲੂ ਕਰਨ ਦੀ ਬਜਾਏ ਮੈਨੂੰ ਵੀ ਬੜੇ ਮੈਸੇਜ ਆਉਂਦੇ ਨੇ ਕਿ ਫੀਮ ਦੀ ਖੇਤੀ ਤੇ ਬੋਲੋ ਜੀ ਕਿਉਂ ਮਤਲਬ ਸਾਡੇ ਬੱਚਿਆਂ ਨੂੰ ਜਿਹੜੇ ਤੁਸੀਂ ਇਹ ਕਦੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੈ ਬੱਚਿਆਂ ਕੋਲ ਕਾਰੋਬਾਰ ਨਹੀਂ ਹੈ ਕਾਰੋਬਾਰ ਕਰਕੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਨੇ ਤੁਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਬੱਚਿਆਂ ਨੂੰ ਫੀਮਕਾਰਾ ਕੇ ਖਵਾ ਦਿਓ ਤੇ ਕਹੋ ਵੀ ਅੰਨੇ ਬੋਲੇ ਹੋਰੋ ਇਹ ਇਹ ਸਾਡੇ ਲੀਡਰ ਯਾਰ ਸੋਚਦੇ ਨੇ ਮਤਲਬ ਇਹ ਇਹ ਸਾਡੇ ਵਿਚਾਰ ਨੇ ਸਾਡੇ ਲੀਡਰਾਂ ਦੇ ਵੀ ਸਾਨੂੰ ਸੁੱਧ ਬੁੱਧ ਖੋਣ ਲਈ ਸਾਨੂੰ ਕੋ ਨਸ਼ਾ ਦੇ ਦੇ ਦਿਓ ਵੀ ਸਾਡੇ ਕੋਲੋਂ ਮੰਗੋ ਕੋ ਨਾ ਤੇ ਇਹਦੇ ਨਾਲ ਤੁਸੀਂ ਮਰਦੇ ਨਹੀਂ ਤੇ ਇਹ ਇਹ ਸਮੈਕ ਨਾ ਪੀਓ ਉਹਦੇ ਨਾਲ ਬੰਦਾ ਮਰ ਜਾਂਦਾ ਓਵਰਡੋਜ਼ ਨਾ ਇਹ ਜ਼ਿਆਦਾ ਖਾ ਵੀ ਲੋ ਤੇ ਕੁਝ ਨਹੀਂ ਹੁੰਦਾ ਇਹ ਮੈਡਮ ਸਿੱਧੂ ਦੱਸਦੇ ਨੇ ਯਾਰ ਇਹ ਮੇਰਾ ਖਿਆਲ ਹੈ ਇਸੇ ਕਰਕੇ ਜਿਵੇਂ ਪਹਿਲਾਂ ਵੀ ਮੈਂ ਗੱਲ ਕੀਤੀ ਵੀ ਪ੍ਰੋ ਜਿਹੜੇ ਪਬਲਿਕ ਹੋ ਕੇ ਚੱਲਦੇ ਨੇ ਵੀ ਦੇਖਿਆ ਵੀ ਜ਼ਿਆਦਾਤਰ ਲੋਕਾਂ ਇਹ ਕਹਦੇ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਵੀ ਫਿਰ ਵੋਟਾਂ ਦਾ ਵਾਲ ਆ ਜਾਂਦਾ ਹੁਣ ਮੈਨੂੰ ਕਾਰਨ ਦੱਸੋ ਨਾ ਥੱਲੇ ਸਾਹਿਬ ਤੁਸੀਂ ਮੈਂ ਨਾ ਖੇਤੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਹੈ ਲੰਮਾ ਵਿਸ਼ਾ ਹੈ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਤੁਸੀਂ ਇਸ ਕਰਕੇ ਕਿਸੇ ਨੂੰ ਦੱਸੋ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਉਸ ਮੈਂ ਕਹਣਾ ਪੀਣੋ ਫੀਮ ਖਾਣ ਕਿ ਇਹ ਵਾਜਬ ਹੈ ਤੁਸੀਂ ਇਹ ਸੋਚੋ ਨਾ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਨੇ ਉਹਨਾਂ ਨੂੰ ਦਿੱਤਾ ਕੀ ਜਾਵੇ ਉਹਨਾਂ ਦਾ ਕੰਮ ਕੀ ਕੀਤਾ ਜਾਵੇ ਇਹਦੇ ਤੇ ਵਿਚਾਰ ਕਰੋ ਨਾ ਇਹ ਸੋਚ ਲੈ ਕੇ ਆਓ ਨਾ ਤੁਸੀਂ ਗੱਲ ਵਿੱਚ ਕੀਤੀ ਸੀ ਵੀ ਆਪਣੀ ਕੱਲ ਦੀ ਵੀਡੀਓ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਕੀਤਾ ਜਾ ਰਿਹਾ ਹਾਈ ਕਮਾਂਡ ਕੀ ਫਿਰ ਰਾਹੁਲ ਗਾਂਧੀ ਨੇ ਨਾਲ ਸਿੱਧੀ ਗੱਲ ਬਾਤ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਸਾਰੇ ਪੰਜਾਬ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਕੋ ਸਬੰਧ ਸਖਾਵੇਂ ਤੇ ਨਹੀਂ ਹੈਗੇ ਰਾਹੁਲ ਗਾਂਧੀ ਜਿਹੜਾ ਇਹ ਪ੍ਰਿੰਕਾ ਗਾਂਧੀ ਨੇ ਸਿੱਧੂ ਸਾਹਿਬ ਦੇ ਸਬੰਧ ਤੇ ਉਹਨਾਂ ਨਾਲ ਸਖਾਵੇਂ ਨੇ ਨਾ ਜੇ ਉੱਤੋਂ ਕੋਈ ਇਸ਼ਾਰਾ ਨਹੀਂ ਸਿੱਧੂ ਨੂੰ ਕਿਸੇ ਦੀ ਸ਼ੈ ਨਹੀਂ ਤੇ ਫਿਰ ਬਾਕੀ ਲੀਡਰਾਂ ਨੂੰ ਕੈਪਟਨ ਦੇ ਨਾਲ ਖਲੋਣਾ ਚਾਹੀਦਾ ਕਿਹੜਾ ਬੰਦਾ ਕੈਪਟਨ ਦੇ ਨਾਲ ਖਲੋ ਰਿਹਾ ਤੇ ਕਿਹੜਾ ਬੰਦਾ ਸਿੱਧੂ ਨੂੰ ਗਾਲਾਂ ਕੱਢ ਰਿਹਾ ਮੈਨੂੰ ਦੱਸੋ ਤੁਸੀਂ ਕੋਈ ਨਾ ਕੋਈ ਤੇ ਗੇਮ ਚੱਲ ਰਹੀ ਹੈ ਨਾ ਦੂਜੀ ਚੀਜ਼ ਕੀ ਹੈ ਮੈਂ ਮਤਲਬ ਕੱਲ ਵੀ ਬੋਲਿਆ ਮੈਂ ਅੱਜ ਵੀ ਤੁਹਾਨੂੰ ਦਰਾ ਦੇਣਾ ਕਿ ਜਿਹੜਾ ਕੇਂਦਰ ਹੈ ਕੇਂਦਰ ਸੌਰੀ ਜਿਹੜੀ ਕਾਂਗਰਸ ਕੇਂਦਰ ਹੈ ਦੋ ਤਿੰਨ ਸਟੇਟਸ ਦੇ ਵਿੱਚ ਸਰਕਾਰਾਂ ਨੇ ਉਹ ਤਾਂ ਸਾਰੇ ਇੰਡੀਆ 'ਚ ਖਰਚਾ ਹੁੰਦਾ ਮੋਦੀ ਨੇ ਸਾਰੇ ਫਾਈਨੈਂਸਰ ਉਹਨਾਂ ਦੇ ਬੰਦ ਕਰ ਦਿੱਤੇ ਕੋਈ ਉਹਨਾਂ ਨੂੰ ਡਰਦਾ ਮੇਰਾ ਖਿਆਲ ਜਿੰਨੀ ਮੋਦੀ ਸਾਹਿਬ ਦੀ ਦਹਿਸ਼ਤ ਹੈ ਕੋਈ ਫੰਡਤ ਨਹੀਂ ਦਿੰਦਾ ਹੋਣਾ ਉਹਨਾਂ ਨੂੰ ਕਿੱਥੋਂ ਉਹਨਾਂ ਦਾ ਖਰਚਾ ਚੱਲਦਾ ਜਿਹੜੀਆਂ ਸਟੇਟ ਸਰਕਾਰ ਨੇ ਇੱਕ ਵਾਰ ਰੇਤਾ ਸ਼ਰਾਬ ਉਹ ਵੀ ਕਿਉਂ ਨਹੀਂ ਇਹਨਾਂ ਨੂੰ ਰੋਕਦੇ ਕਿਉਂਕਿ ਫੰਡਸ ਜਾਂਦੇ ਨੇ ਆਫਟਰ ਆਲ ਕਾਂਗਰਸ ਚੱਲ ਹੀ ਰਹੀ ਹੈ ਨਾ ਕਦੀ ਉਹ ਸਟੇਟ ਚੱਲ ਗਈ ਖਰਚਾ ਕਦੀ ਉੱਥੇ ਝੰਡੀਆਂ ਕਦੀ ਉੱਥੇ ਆ ਆ ਸਾਰਾ ਪ੍ਰਚਾਰ ਦਾ ਸਾਧਨ ਕਿੱਥੋਂ ਹੋ ਰਿਹਾ ਖਰਚਾ ਤੇ ਕੇਂਦਰ ਕਿਉਂ ਪੰਜਾਬ 2-3 ਸਟੇਟਾਂ 'ਚ ਤੇ ਹੈਗੇ ਨੇ ਸਾਰੇ ਉਹ ਰਾਜਸਥਾਨ ਹੋ ਕਿਉਂ ਇਹਨੂੰ ਆਪਣੇ ਹੱਥੋਂ ਗਵਾਉਣ ਦੀ ਕੋਸ਼ਿਸ਼ ਕਰਨਗੇ ਕਿਉਂ ਇਹਨੂੰ ਹੱਥੋਂ ਗਵਾਉਣ ਦੇਣਾ ਚਾਹਣਗੇ ਜਿਉਂ ਉਹਨਾਂ ਨੂੰ ਲੱਗੂਗਾ ਕਿ ਕੈਪਟਨ ਮਰਿੰਦਰ ਸਿੰਘ ਮੈਂ ਤੇ ਹੁਣ ਵੀ ਕਹਿੰਨਾ ਕੈਪਟਨ ਮਰਿੰਦਰ ਸਿੰਘ ਵਿਧਬੀ ਤੇ ਕੁਝ ਕਰ ਦੇਣ ਤੇ ਮੇਰਾ ਖਿਆਲ ਇਹਨਾਂ ਦਾ ਗ੍ਰਾਫ ਬਰਾਬਰ ਆ ਸਕਦਾ ਤੇ ਦੁਬਾਰਾ ਇੱਥੇ ਫਾਈਟ ਕਰ ਸਕਦੇ ਨੇ ਪੂਰਾ ਮਤਲਬ ਪੰਜਾਬ ਨੂੰ ਬਾਕੀ ਪਾਰਟੀਆਂ ਨੂੰ ਟੱਕਰ ਦੇ ਸਕਦੇ ਨੇ ਤੇ ਜੇ ਕੇਂਦਰ ਨੂੰ ਲੱਗਾ ਕਿ ਨਹੀਂ ਗ੍ਰਾਫ ਬਹੁਤ ਜ਼ਿਆਦਾ ਥੱਲੇ ਐ ਪੰਜਾਬੀ ਪਸੰਦ ਨਹੀਂ ਕਰ ਰਹੇ ਜਿਵੇਂ ਪ੍ਰਗਟ ਸਿੰਘ ਨੇ ਕਿਹਾ ਸੀ ਵੀ ਕੈਪਟਨ ਮਰਿੰਦਰ ਸਿੰਘ ਆਪਣਾ ਸਰਵੇ ਕਰਾ ਕੇ ਵੇਖ ਲੈਣ ਤੇ ਕੇਂਦਰ ਕਿਉਂ ਨਹੀਂ ਆਪਣਾ ਘੋੜਾ ਬਦਲੂਗਾ ਮੈਨੂੰ ਦ ਉਕਾ ਚੀਰਾ ਦਊਗਾ ਨਹੀਂ ਵੀ ਸਰਕਾਰ ਬਣਦੀ 2027 ਚ ਤਿਆਰੀ ਕਰਨਗੇ 2027 ਚ ਕੈਪਟਨ ਮਰਿੰਦਰ ਸਿੰਘ ਦੀ ਪਰਮਾਤਮਾ ਕਰੇ ਮੇਰੀ ਉਮਰ ਵੀ ਉਹਨਾਂ ਨੂੰ ਲੱਗੇ ਇਹਨਾਂ ਨੂੰ ਲੱਗੇ ਮਤਲਬ ਹਰ ਬੰਦਾ ਜਿਹੜਾ ਮੈਂ ਕਿਸੇ ਦੀ ਜਾਣਦਾ ਦੋਖੀ ਨਹੀਂ ਹੈਗਾ ਕੋਈ ਬੰਦਾ ਮਰ ਜਾਵੇ ਕੀ 2027 ਤੱਕ ਕੰਮ ਜਿਹੜੀ ਕਾਂਗਰਸ ਉਹ ਉਹ ਛੱਡ ਦੂਗੀ ਪੰਜਾਬ ਨੂੰ ਕਿਉਂ ਨਹੀਂ ਆਪਣਾ ਚਿਹਰਾ ਉਹ ਤਿਆਰ ਕਰੂਗੀ ਨਾਲੇ ਇਹ ਰਜਵਾੜੇशाही ਨਹੀਂ ਹੈਗੀ ਬਾਦੀ ਕਿ ਮੈਂ ਬਣਿਆ ਮਨਦੀਪ ਸਿੰਘ ਮਰਨਾ ਤੇ ਇਸ ਤੋਂ ਵਾਦਾ ਮੇਰਾ ਅੱਗੋਂ ਪੁੱਤ ਰਾਜਾ ਹੋਊਗਾ ਅੱਗੋਂ ਮੇਰਾ ਪੁੱਤਰਾ ਰਾਜਾ ਹੋਊ ਤੇ ਅੱਗੋਂ ਮੇਰਾ ਪਰਪੋਤਰਾ ਰਾਜਾ ਹੋ ਇਸ ਤਰ੍ਹਾਂ ਨਹੀਂ ਹੈਗਾ ਇਹ ਸਿਆਸਤ ਹੈ ਇਹਦੇ ਵਿੱਚ ਕਿਸੇ ਵੇਲੇ ਵੀ ਬਦਲਾਵ ਨਫਾ ਨੁਕਸਾਨ ਵੇਖ ਕੇ ਆ ਸਕਦੇ ਨੇ ਕੈਪਟਨ ਮਰਿੰਦਰ ਸਿੰਘ ਪਹਿਲਾਂ ਵੀ ਸਿੱਧੂ ਨੂੰ ਗਾਲਾਂ ਕੱਢਦੇ ਸੀ ਇਹ ਕੌਣ ਹੈ ਭੰਡ ਹੈ ਮਰਾਸੀ ਹੈ ਮੜਕੇ ਉਹਨੂੰ ਗੱਲ ਆ ਕੇ ਇਹਨਾਂ ਕਿਹਾ ਉਹਨੇ ਕਿਹਾ ਮੇਰਾ ਬਾਪ ਉਹਨੇ ਕਿਹਾ ਮੇਰਾ ਬੇਟਾ ਲਾਇਕੇ ਮਾਈ ਸੰ ਇਹ ਬਦਲਾਵ ਆ ਜਾਂਦੇ ਹੁੰਦੇ ਨੇ ਇਹ ਰੀ ਟਿਕਟ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਨੇ ਦਿੱਤੀ ਕੈਪਟਨ ਮਰਿੰਦਰ ਸਿੰਘ ਦੀ ਗਵਾਈ ਚ ਲੜੀ ਸੀ ਐਤ ਕੀ ਵੇਖੋ ਕੀ ਬਣਦਾ ਕੈਪਟਨ ਮਰਿੰਦਰ ਸਿੰਘ ਹਜੇ ਵੀ ਜੂ ਕੁਛ ਕਰ ਜੇ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਫਿਰ ਤੋਂ ਚਰਚਾ ਹੋਣ ਲੱਗ ਗਈ ਕਿ ਕੀ ਹੁਣ ਹੈ ਉਹਨਾਂ ਕੋਲ ਆਪਸ਼ਨ ਹਾਈ ਕੋਰਟ ਤੋਂ ਬਾਅਦ 11 ਮਹੀਨੇ ਅਜੇ ਪਏ ਨੇ ਹੂੰ ਕੈਪਟਨ ਮਰਿੰਦਰ ਸਿੰਘ ਸੈਟ ਬਿਠਾ ਦੇਣ ਬਹੁਤੇ ਜਿਹੜੇ ਸੈਟ ਨੂੰ ਐਵੀਡੈਂਸ ਇਕੱਠਾ ਕਰਨ ਦੇ ਉੱਤੇ ਯੂਰ ਲਾਉਣਾ ਪਿਆ ਸੀ ਜਿਹੜੇ ਕੋਮਰ ਵਿਜੇ ਪ੍ਰਤਾਪ ਨੇ ਕੀਤੇ ਨੇ ਜਿਹੜੇ ਮਤਲਬ ਇਹਨਾਂ ਨੂੰ ਲੱਗਦਾ ਕਿ ਬਹੁਤ ਨਹੀਂ ਕੀਤਾ ਠੀਕ ਤੇ ਉਹ ਉਹ ਆਪਣਾ ਵੇਖ ਲੈਣ ਨਾ ਇਹਨੂੰ ਉਹ ਐਵੀਡੈਂਸ ਇਹਨਾਂ ਕੋਲ ਇਕੱਠੀ ਹੈ ਹੁਣ ਓਨੀ ਧੀਰ ਤੇ ਜਾਂਚ ਦੇ ਉੱਤੇ ਲੱਗ ਨਹੀਂ ਸਕਦੀ ਥੱਲੇ ਸਾਹਿਬ ਪ੍ਰੂਫ ਸਾਰੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਇਹਨਾਂ ਨਾਲ ਜੁੜਦੇ ਨੇ ਤੁਸੀਂ ਉਹਦੀ ਰਿਪੋਰਟ ਦੁਬਾਰਾ ਤਿਆਰ ਕਰ ਦਿਓ ਲੋਕਾਂ ਨੂੰ ਨਿਆਂ ਤੇ ਦਿਓ 11 ਮਹੀਨੇ ਬੜਾ ਲੰਮਾ ਸਫਰ ਹੈ ਬੜਾ ਲੰਮਾ ਵਕਫਾ ਹੈ ਜੇ ਤੁਸੀਂ ਮੰਨੋ ਜੇ ਤੁਸੀਂ ਕੰਮ ਕਰਨਾ ਹੋ ਤੇ ਮਨਦੀਪ ਮੰਨਾ ਹੁਣ ਕਿਹੜੀ ਪਾਰਟੀ ਨੂੰ ਜੁਆਇਨ ਕਰ ਰਿਹਾ ਕਿਉਂਕਿ ਚਰਚਾਵਾਂ ਆਏ ਬਣੀਆਂ ਹੋਈਆਂ ਨੇ ਵੀ ਮਨਦੀਪ ਮੰਨਾ ਲਗਾਤਾਰ ਸਰਗਰਮ ਨੇ ਬਿਕਰਨੀ ਹਮੇਸ਼ਾ ਗੱਲੇ ਵੀ ਕਹਿੰਦੇ ਵੀ ਅਸੀਂ ਤਾਂ ਸਿਆਸਤ ਕਰਨੀ ਆ ਤੇ ਅਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਕੁਝ ਕੋਲਾਹਾਂ ਨਹੀਂ ਘਟਣਾ ਚਾਹੁੰਦੇ ਜਾਂ ਉਸ ਤਰ੍ਹਾਂ ਤੇ ਕਿਹੜੀ ਪਾਰਟੀ ਦੇ ਵਿੱਚ ਜਾ ਰਹੇ ਹੋ ਤੁਸੀਂ ਥੱਲੀ ਸਾਹਿਬ ਜਾ ਆਪਣੀ ਪਾਰਟੀ ਬਣਾ ਰਹੇ ਹੋ ਨਹੀਂ ਮੇਰੀ ਇੰਨੀ ਕੈਪੈਸਿਟੀ ਨਹੀਂ ਕਿ ਮੈਂ ਪਾਰਟੀ ਬਣਾ ਸਕਾਂ ਜੀ ਪਾਰਟੀ ਲਈ ਬੜਾ ਤੁਹਾਨੂੰ ਸਰਮਾਇਆ ਤੇ ਬੜਾ ਤੁਹਾਨੂੰ ਮਤਲਬ ਟਾਈਮ ਤੇ ਸਾਰਾ ਕੁਝ ਚਾਹੀਦਾ ਮੈਂ ਐਵੇਂ ਕਹਾਂ ਮੈਂ ਕੋਈ ਸ਼ੇਖ ਚਿੱਲੀ ਨਹੀਂ ਹੈਗਾ ਕੋਈ ਚੰਗਾ ਵਿਜ਼ਨ ਪੰਜਾਬ ਚ ਲੈ ਕੇ ਆਵੇ ਕੈਪਟਨ ਮਰਿੰਦਰ ਸਿੰਘ ਹੀ ਇਹਨਾਂ ਦੇ ਉੱਤੇ ਮਤਲਬ ਕੋਈ ਕਾਰਵਾਈ ਕਰਨ ਸਿੱਧੂ ਸਾਬਕ 8-9 ਮਹੀਨੇ ਲਾਉਣ ਹੋਰ ਕੋਈ ਪੰਜਾਬ ਲਈ ਚੰਗਾ ਵਿਜ਼ਨ ਮੈਂ ਕਿਹਨਾਂ ਲੋਕ ਇੰਨੇ ਜਾਗਰੂਕ ਹੋਣ ਕਿ ਜੇ ਤੁਹਾਨੂੰ ਕੋ ਲਾਰਾ ਲਾ ਰਿਹਾ ਤੁਹਾਨੂੰ ਨੌਕਰੀਆਂ ਦੇਣੀਆਂ ਨੇ ਤੁਹਾਨੂੰ ਆਹ ਚੀਜ਼ ਦਾ ਫੰਡ ਦੇਣਾ ਮੇਰਾ ਮਕਸਦ ਹੈ ਕਿ ਲੋਕ ਇਹਨਾਂ ਪੁੱਛਣ ਦੇ ਆਕ ਰੱਖਣ ਕਿ ਸਰ ਤੁਹਾਡੇ ਕੋਲ ਸੋਰਸ ਕੀ ਹੈ ਜੇਸਦ ਨੂੰ ਇਹ ਇਹ ਲਾਰੇ ਲਾਉਣਗੇ ਚੋਂ ਮੈਂ ਤਾਂ ਕਹਿੰਨਾ ਚੋਂ ਮੈਨੀਫੈਸਟੋ ਆਉਣਾ ਹੀ ਨਹੀਂ ਚਾਹੀਦਾ ਜਗਦੀਪ ਜੀ ਜਦੋਂ ਤੁਸੀਂ ਬਜਟ ਨਹੀਂ ਆਉਣਾ ਚਾਹੀਦਾ ਦੇਸ਼ ਦੇ ਵਿੱਚ ਜਾਂ ਸਟੇਟ ਦੇ ਵਿੱਚ ਜਿਹੜਾ ਤੁਸੀਂ ਚੋਂ ਮੈਨੀਫੈਸਟੋ ਤਿਆਰ ਕੀਤਾ ਜੇ ਕੋ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਇਨਸਟੈਂਟ ਲੋਡ ਹੈ ਤੇ ਉਹਦੇ ਉੱਤੇ ਬਜਟ ਆਉਣੇ ਚਾਹੀਦੇ ਨੇ ਬਾਕੀ ਤੇ ਤੁਹਾਡਾ ਚੋਂ ਮੈਨੀਫੈਸਟੋ ਤੁਹਾਡਾ ਬਜਟ ਹੋਣਾ ਚਾਹੀਦਾ ਹਨਾ ਜਿਹੜਾ ਵੀ ਬੰਦਾ ਆਪਣਾ ਚੋਂ ਮੈਨੀਫੈਸਟੋ ਹੋ ਜਾ ਪੰਜਾਬ ਪ੍ਰਤੀ ਆਪਣਾ ਮੈਪ ਦਿੰਦਾ ਉਹਨੂੰ ਸਵਾਲ ਜ਼ਰੂਰ ਕਰਾਂਗੇ ਹਰ ਪੰਜਾਬੀ ਕਰੇ ਕਿ ਯਾਰ ਇਹਦਾ ਸੋਰਸ ਕੀ ਹੈ ਸੁਖਵੀਰ ਬਾਦਲ ਪਿੱਛੇ ਜੇ ਕਹਿੰਦੇ ਨੇ ਕਰ ਦੇਣੀ ਹੈ ਮੈਂ ਫਰੂਟ ਫਲਾਂ ਸਬਜ਼ੀਆਂ ਤੇ ਵੀ ਐਮਐਸਪੀ ਦੇ ਦੇਣੀ ਹੈ ਉਹ ਪੋਸਟਰ ਬੜਾ ਸੋਹਣਾ ਲੱਗਦਾ ਉਸ ਤੋਂ ਬਾਅਦ ਆ ਸੋਰਸ ਪੁੱਛ ਹੋ ਰਾ ਸੁਖਵੀਰ ਬਾਦਲ ਜੀ ਕਿਵੇਂ ਇਹ ਪੁੱਛਣ ਜਦੋਂ ਪੰਜਾਬੀ ਲੱਗ ਪੈਣਗੇ ਜਦੋਂ ਇਹ ਇਹ ਜਵਾਬ ਦੇ ਹੋ ਜਾਣਗੇ ਤੇ ਮੈਂ ਉਸ ਪਾਰਟੀ ਤੇ ਜ਼ਰੂਰ ਵਿਚਾਰ ਕਰੂੰਗਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਆਪ ਹੋਵੇ ਚਾਹੇ ਕੋਈ ਵੀ ਹੋਵੇ ਆਪ ਵਾਲੇ ਤਾਂ ਦਾਅਵੇ ਕਰੀ ਜਾਂਦੇ ਹੋ ਕਿ ਨਹੀਂ ਵੀ ਕੇਜਰੀਵਾਲ ਨੇ ਦਿੱਲੀ ਚ ਬਹੁਤ ਕੁਝ ਕਰਿਆ ਤੇ ਹੁਣ ਵੈਲਕਮ ਦੀਆਂ ਪਲੇਟਾਂ ਲਈ ਬੈਠੇ ਨੇ ਉਹ ਦੇਖੋ ਕੇਜਰੀਵਾਲ ਪੰਜਾਬ ਨਾਲ ਤੇ ਫਰਕ ਕੰਮ ਚ ਹੈਗਾ ਹੀ ਆ ਜੀ ਮੈਂ ਇੱਥੇ ਜੇ ਬੋਲਦਾ ਜੇ ਕਿਸੇ ਦੇ ਕੰਮ ਦੀ ਤਾਰੀਫ ਕਰੋ ਤਾਂ ਕਹਿ ਦਿੰਦੇ ਨੇ ਮੰਨਾ ਆਪ ਚ ਚੱਲਿਆ ਮੈਨੂੰ ਕਿਸੇ ਪਾਰਟੀ ਜਾਣ ਦੀ ਲੋੜ ਨਹੀਂ ਮੈਂ ਬੜਾ ਜ਼ਰੂਰੀ ਨਹੀਂ ਕਿ ਐਮ ਐਲ ਏ ਬਣ ਕੇ ਹੀ ਸਿਆਸਤ ਹੋਣੀ ਹੈ ਥੱਲੀ ਸਾਹਿਬ ਜ਼ਰੂਰੀ ਨਹੀਂ ਕਿ ਐਮ ਪੀ ਬਣ ਕੇ ਸਿਆਸਤ ਹੋਣੀ ਹੈ ਮੈਂ ਸਿਆਸੀ ਬੰਦਾ ਮਾਂ ਲੋਕ ਮੈਨੂੰ ਪਿਆਰ ਕਰਦੇ ਨੇ ਮਤਲਬ ਜਿੱਥੇ ਜਾਂਨਾ ਉਹ ਇੱਜ਼ਤ ਮਾਨ ਦਿੰਦੇ ਨੇ ਮੈਂ ਆ ਪੰਜਾਬ ਪ੍ਰਤੀ ਆਪਣਾ ਫਰਜ਼ ਅਦਾ ਕਰਦਾ ਤੇ ਉਹੀ ਮੇਰੀ ਸਿਆਸਤ ਹੈ ਕੇਜਰੀਵਾਲ ਨੇ ਜੇ ਕੰਮ ਕੀਤਾ ਚਾਹੇ ਉਹ ਸਕੂਲਾਂ ਤੇ ਆ ਚਾਹੇ ਉਹ ਮੈਡੀਕਲ ਦੇ ਉੱਤੇ ਆ ਕੁਝ ਵੀ ਆ ਪਰ ਮੈਂ ਜਦੋਂ ਇੱਥੇ ਬਾਗਾਪੁਰਾਣਾ ਆਏ ਤੇ ਉਹ ਵੀ ਕਹਿ ਗਏ ਕਿ ਕੈਪਟਨ ਮਰਿੰਦਰ ਸਿੰਘ ਦੇ ਕਾਰਡ ਸਾਹਮਣੇ ਰੱਖਿਓ 20 ਲੱਖ ਨੌਕਰੀ ਮੈਂ ਦਊਂਗਾ ਤੇ ਮੈਂ ਉਹਦੇ ਉੱਤੇ ਵੀ ਬੋਲਿਆ ਸੀ ਕਿ ਕੇਜਰੀਵਾਲ ਸਾਹਿਬ 20 ਲੱਖ ਤੁਸੀਂ ਸਾਨੂੰ ਕਹੋ ਅੱਧੀ ਰੋਟੀ ਦਊਂਗਾ ਅਸੀਂ ਗੁਜ਼ਾਰਾ ਕਰਾਂਗੇ ਅਸੀਂ ਬੜੇ ਸੜੇ ਤੇ ਬੜੇ ਭਰੇ ਲੋਕ ਆ ਮਤਲਬ ਤੰਗ ਪਰੇਸ਼ਾਨ ਆ ਤੁਸੀਂ ਸਾਨੂੰ ਕਹੋ ਅੱਧੀ ਰੋਟੀ ਦਵਾਂਗੇ ਤੇ ਅੱਧੀ ਨਾਲ ਗੁਜ਼ਾਰਾ ਕਰਾਂਗੇ ਤੁਸੀਂ ਤੁਹਾਡੇ ਮੂੰਹੋਂ ਝੂਠ ਨਹੀਂ ਚੰਗਾ ਲੱਗਦਾ ਤੁਸੀਂ 20 ਲੱਖ ਨੌਕਰੀ ਕਿੱਥੋਂ ਦੋਗੇ ਜਦੋਂ ਪੰਜਾਬ 'ਚ ਨੌਕਰੀ ਸਾਢੇ 3-4 ਲੱਖ ਤੁਸੀਂ ਕਹਿੰਦੇ ਕੈਪਟਨ ਵਾਲੇ ਕਾਰਡ ਸਾਹਮਣੇ ਰੱਖਿ ਉਨਾ ਪ੍ਰਾਈਵੇਟ ਕਈ ਮਹਿੰਗੇ ਤੇ ਫਿਰ ਕੈਪਟਨ ਵਾਲਾ ਹੀ ਹਾਲ ਹੋ ਗਿਆ ਨਾ ਯਾਰ ਜਦੋਂ ਪਹਿਲਾਂ ਕਿਹਾ ਤੇ ਨੌਕਰੀਆਂ ਦਊਗਾ ਮੜ ਕੇ ਉਹਨਾਂ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਬਿਆਨ ਦਿੰਦੇ ਨੇ ਨਹੀਂ ਨਹੀਂ ਉਹ ਤੇ ਪ੍ਰਾਈਵੇਟ ਕਈਆਂ ਸੀ ਤੇ ਕੋਈ ਪ੍ਰਾਈਵੇਟ ਨੌਕਰੀ ਦੇ ਨਾਂ ਨੂੰ ਵੀ ਵੋਟਾਂ ਪਾਉਂਦਾ ਹੈ ਤੁਸੀਂ ਮੈਨੂੰ ਦੱਸੋ ਆਪਣੇ ਮਨ ਕੋ ਪੁੱਛ ਕੇ ਵੇਖੋ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੋ ਤੁਹਾਡੇ ਕੋਲ ਵਿਜ਼ਨ ਹੈ ਜੋ ਤੁਸੀਂ ਦੇਣਾ ਚਾਹੁੰਦੇ ਹੋ ਸੱਚ ਰੱਖੋਗੇ ਤੇ ਹੋ ਸਕਦਾ ਹੀ ਨੀਤ ਨਾਲ ਠੋਕ ਵਜਾ ਕੇ ਬਿਨਾਂ ਟਿਕਟ ਤੋਂ ਬਿਨਾਂ ਲਾਲਚ ਤੋਂ ਵੀ ਤੁਹਾਡੀ ਮੱਤ ਕਰੀਏ ਮੈਂ ਮੈਨੂੰ ਮੈਨੂੰ ਜੇ ਕਿਤੇ ਲੋਕਾਂ ਦੀ ਆਵਾਜ਼ ਬਣਨ ਦਾ ਮੌਕਾ ਮਿਲਦਾ ਤੇ ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ ਐਮਐਲਏ ਐਮਪੀ ਬਣਾ ਮੈਂ ਇਸ ਤਰ੍ਹਾਂ ਵੀ ਸੰਤੋਸ਼ਤ ਤੁਸੀਂ ਕੀ ਆ ਮਤਲਬ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਲੋਕਾਂ ਦੇ ਪਿਆਰ ਦਾ ਲਾਲਚ ਹੈ ਜਿੰਨਾ ਚਿਰ ਉਹ ਮਿਲਦਾ ਰਹੂਗਾ ਜਿੰਨਾ ਚਿਰ ਲੋਕਾਂ ਦੀ ਆਸਾਂ ਤੇ ਖਰਾ ਉਤਰਦਾ ਰਹੂਗਾ ਤੇ ਮੈਂ ਆਪਣੀ ਸਿਆਸਤ ਇਸ ਤਰੀਕੇ ਕਰਦਾ ਰਹੂੰਗਾ ਜੀ ਤੇ ਤੁਸੀਂ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਇੱਕੋ ਸਕੂਲ 'ਚ ਪੜੇ ਆ ਲੋਕ ਇਹ ਵੀ ਕਹਿੰਨੇ ਕਹਨੇ ਆ ਯਾਰ ਤੁਸੀਂ ਸ਼ੇਰੋ ਸ਼ੇਰੀ ਹੋ ਗਏ ਤੇ ਤੁਸੀਂ ਉਹ ਤੋਂ ਉੱਪਰ ਜਿ ਫੈਂਟਦੇ ਹੋ ਸ਼ੇਰ ਇਸ ਤਰ੍ਹਾਂ ਹੈ ਭਾਈ ਸਾਰ ਨਵਜੋਤ ਸਿੰਘ ਐਵੇਂ ਛੋਟਾ ਮੂੰਹ ਵੱਡੀ ਗੱਲ ਐ 2004 ਤੋਂ ਲੈ ਕੇ ਤੇ ਹੁਣ ਤੱਕ ਨਵਜੋਤ ਸਿੰਘ ਸਿੱਧੂ ਸ਼ਾਇਰੀ ਦੇਖੋ ਇੱਕੋ ਸਟਾਈਲ ਦੀ ਬੋਲਦੇ ਨੇ ਉਹੀ ਪੰਜ ਸੱਤ ਰਟੇ ਰਟਾਏ ਮੈਂ ਨਹੀਂ ਕਹਿੰਦਾ ਮੈਂ ਕੋਈ ਗਾਲਬਦਾਂ ਮੁੰਡਾ ਆ ਜਾਂ ਇਹ ਕੋਈ ਮਤਲਬ ਵਿਸ਼ਾਲ ਮੁੰਡੇ ਮੁੰਡੇ ਨੇ ਵੀ ਇਹ ਸ਼ਾਇਰੀ ਕਰਦੇ ਨੇ ਤੁਸੀਂ ਪੜਦੇ ਹੋ ਪੜਨ ਦਾ ਸ਼ੌਂਕ ਐ ਮਤਲਬ ਅੱਜ ਕੱਲ ਤਾਂ ਨੈਟ ਤੇ ਤੁਹਾਨੂੰ ਸਾਰਾ ਕੁਝ ਮਿਲਦਾ ਇੱਕ ਸ਼ੌਂਕ ਐ ਇੱਕ ਦਰਦ ਐ ਮਤਲਬ ਮਨ ਦੇ ਵਿੱਚ ਜਿਹੜੇ ਭਾਵਕ ਬੰਦੇ ਹੁੰਦੇ ਨੇ ਉਹ ਉਹ ਸ਼ਾਇਰੀ ਇਹਨਾਂ ਵਾਂਗੂ ਮੈਂ ਰੱਟੀ ਰਟਾਈ ਸ਼ਾਇਰੀ ਤੇ ਨਹੀਂ ਕਰਦਾ ਇਹਨਾਂ ਕੋ ਮੈਂ ਲੋਕਾਂ ਕੋਤ ਨਹੀਂ ਪੁੱਛਦਾ ਮੈਂ ਫਲਾਣੀ ਤਾਂ ਤੇ ਜਾਣਾ ਮੈਨੂੰ ਜੋ ਮਨ ਚਾਉਂਦਾ ਪੜਦਾ ਵਾ ਜੋ ਚੰਗਾ ਲੱਗਦਾ ਕਿ ਇੱਕ ਸ਼ਾਇਰੀ ਇਹੋ ਜਿਹਾ ਮਤਲਬ ਸ਼ਬਦ ਹੈ ਕਿ ਦੋ ਲਾਈਨਾਂ ਦੇ ਵਿੱਚ ਤੁਸੀਂ ਮਤਲਬ ਕੁਜੇ ਚ ਸਮੁੰਦਰ ਪਾਉਣ ਦੀ ਕੋਸ਼ਿਸ਼ ਕਰਦੇ ਹੋ ਵੀ ਉਹਦੇ ਮਤਲਬ ਕਈ ਨਿਕਲ ਆਉਂਦੇ ਨੇ ਇਸ ਕਰਕੇ ਸ਼ੌਂਕ ਵੀ ਹੈ ਤੇ ਇਸ ਕਰਕੇ ਇਹਦੇ ਨਾਲ ਅਰਥ ਵੀ ਜਿਹੜਾ ਲੋਕਾਂ ਨੂੰ ਛੇਤੀ ਸਮਝ ਆ ਜਾਂਦਾ ਇਸ ਕਰਕੇ ਮਤਲਬ ਚੰਗਾ ਲੱਗਦਾ ਬੇਅਦਮੀ ਮਾਮਲੇ ਤੇ ਜੋ ਸਿਆਸਤ ਹੋ ਰਹੀ ਹੈ ਉਹਦੇ ਉੱਤੇ ਇੱਕ ਸ਼ੇਰ ਮੈਂ ਹੁਣ ਮੂੜਨੀ ਹੈਗਾ ਜੀ ਮੈਂ ਤੇ ਇਹ ਕਹੂੰਗਾ ਜੀ ਅਸੂਲੋਂ ਪਰਗਾਂ ਚਾਹੇ ਤੋ ਟਕਰਾਉਣਾ ਜ਼ਰੂਰੀ ਹੈ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਬਹੁਤ ਖੂਬ ਲਾਸਟ ਸਵਾਲ ਹੈ ਲੋਕਾਂ ਦਾ ਇਹ ਸਵਾਲ ਹੈ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਜ਼ਿਕਰ ਕਰ ਦਿੰਦੇ ਆ ਵੀ ਜਦੋਂ ਕੋਈ ਨਵਜੋਤ ਸਿੰਘ ਸਿੱਧੂ ਬੋਲਦਾ ਤਾਂ ਉਸ ਤੋਂ ਬਾਅਦ ਮਨਦੀਪ ਮੰਨੇ ਦੀ ਪ੍ਰੋਫਾਈਲ ਜ਼ਰੂਰ ਵੇਖਿਆ ਕਰੋ ਪੇਜ ਦੇ ਉੱਤੇ ਉਹਦੇ ਖਿਲਾਫ ਕੋਈ ਨਾ ਕੋਈ ਵੀਡੀਓ ਜ਼ਰੂਰ ਪੈਣੀ ਹੈ ਤੇ ਕਹਿੰਦੇ ਉਹ ਦਿਨ ਵੀ ਸਾਨੂੰ ਦੱਸ ਦਿਓ ਵੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਪੱਖ 'ਚ ਵੀਡੀਓ ਪਾਉਂਗੀ ਉਹ ਕਦੋਂ ਦਿਨ ਆਊਗਾ ਕਿਵੇਂ ਆਊਗਾ ਤੁਸੀਂ ਮੇਰੇ ਨਾਲ ਕੱਲ ਕੈਮਰਾ ਫੜੋ ਹਾਂ ਤੇ ਆਪਾਂ ਸਿੱਧੂ ਸਾਹਿਬ ਦੇ ਘਰ ਚੱਲੀਏ ਪਟਿਆਲੇ ਹੂੰ ਠੀਕ ਹੈ ਜਿਸ ਦਿਨ ਸਿੱਧੂ ਸਾਹਿਬ ਪੰਜਾਬ ਲਈ ਇੱਕ ਸੰਘਰਸ਼ ਕਰਨਗੇ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਕਿ 2004 ਤੋਂ ਇਹਨਾਂ ਦਾ ਜਿਹੜਾ ਕੈਰੀਅਰ ਸਟਾਰਟ ਹੋਇਆ 2004 ਤੋਂ 21 ਤੱਕ ਪੰਜਾਬ ਨੇ ਬਹੁਤ ਉਤਰਾ ਚੜਾ ਵੇਖੇ ਨੇ ਇੱਕ ਸਿੰਗਲ ਸੰਘਰਸ਼ ਦੱਸ ਦਿਓ ਸਵਾਏ ਨਵਜੋਤ ਸਿੰਘ ਸਿੱਧੂ ਦੇ ਕਦ ਤੋਂ ਕਿ ਉਹਨਾਂ ਦਾ ਕੱਦ ਹੈ ਲੋਕ ਉਹਨਾਂ ਨੂੰ ਵੇਖ ਕੇ ਇਕੱਠੇ ਹੋ ਜਾਂਦੇ ਨੇ ਇੱਕ ਸਿੰਗਲ ਸੰਘਰਸ਼ ਦੱਸ ਦਿਓ ਸਿੱਧੂ ਸਾਹਿਬ ਨੇ ਕੋ ਤਰਨਾ ਲਾਇਆ ਹੋਵੇ ਲਾਂਗਾ ਖਲਵਾਉਣ ਨੂੰ ਵੀ ਸੰਘਰਸ਼ ਹੀ ਦੱਸ ਰਹੇ ਜੀ ਵੀ ਲਾਂਗਾ ਖਲਵਾਇਆ ਸਿੱਧੂ ਦੀ ਬਦੌਲਤ ਖੁੱਲਿਆ ਜੀ ਕਹਿੰਦੇ ਕਰਤਾਰਪੁਰ ਸਾਹਿਬ ਲਾਂਗੇ ਦੀਆਂ ਕਿੰਨੀਆਂ ਚਿੱਠੀਆਂ ਸਾਰਾ ਕੁਝ ਹੋ ਗਿਆ ਚਲੋ ਜੀ ਮੈਂ ਲਾਂਗੇ ਦੇ ਉੱਤੇ ਮੈਂ ਕਹਿੰਨਾ ਕਿ ਲਾਂਗਾ ਖੁੱਲ ਗਿਆ ਸਾਡੇ ਲਾਂਗੇ ਨਾਲੋਂ ਸਾਡਾ ਬਾਰਡਰ ਵੀ ਖੁੱਲਣਾ ਚਾਹੀਦਾ ਸਿੱਧੂ ਸਾਹਿਬ ਉਹਦੇ ਪ੍ਰਤੀ ਜਿਉ ਉਹਨਾਂ ਦੇ ਇੰਨਾ ਅੱਖੇ ਲੱਗਦਾ ਸੀਗਾ ਇਮਰਾਨ ਖਾਨ ਜਿਉ ਉਹਨਾਂ ਦਾ ਇੰਨਾ ਸੀਗਾ ਸਾਡਾ ਬਾਰਡਰ ਵੀ ਖੋਲਾ ਦਿੰਦੇ ਸਾਰਾ ਪੰਜਾਬ ਖੁਸ਼ਹ ਤੁਹਾਡੇ ਕੋਲ ਇੱਕ ਰਜਾਮੰਦੀ ਦਾ ਕੰਮ ਲੈ ਲੈਣਾ ਤੁਸੀਂ ਕਿਸੇ ਪੋਸਟ ਦੇ ਉੱਤੇ ਹੋ ਤਾਂ ਮੈਂ ਕਹਾਂ ਮਹੱਲੇ ਦੀ ਸੜਕ ਬਣਾ ਦਿਓ ਜਾਂ ਆਹ ਕਰ ਦਿਓ ਜਾਂ ਮਤਲਬ ਸਾਡੇ ਗੁਰੂ ਘਰ ਦਾ ਲਾਂਘਾ ਬਣਾ ਦਿਓ ਇਹ ਇੱਕ ਅਲੱਗ ਚੀਜ਼ ਹੈ ਇੱਕ ਸਿੰਗਲ ਸੰਘਰਸ਼ ਤੇ ਦੱਸੋ ਨਾ ਮੈਂ ਛੋਟਾ ਜਿਹਾ ਬੰਦਾ ਵਾਂ ਵੀ ਥਾਵਾਂ ਤੇ ਮੈਂ ਧਰਨੇ ਦਿੰਨਾ ਵੀ ਥਾਵਾਂ ਤੇ ਮੈਂ ਲੜਦਾ ਮੈਂ ਮਤਲਬ ਅਫਸਰਾਂ ਨਾਲ ਜਾ ਕੇ ਸਰਕਾਰਾਂ ਨਾਲ ਜਾ ਕੇ ਇੱਕ ਸਿੰਗਲ ਸੰਘਰਸ਼ ਦੱਸੋ ਮੈਂ ਸਿੱਧੂ ਸਾਹਿਬ ਦੀ ਤਾਰੀਫ ਕਰਨ ਨੂੰ ਤਿਆਰ ਆ ਕੱਲ ਚੱਲੋ ਮੇਰੇ ਨਾਲ ਮੈਂ ਮੈਂ ਤੁਹਾਨੂੰ ਅੱਜ ਅੱਜ ਸੱਦਾ ਦਿੰਨਾ ਕੱਲ ਆਪਾਂ ਦੇ ਪਟਿਆਲੇ ਉਹ ਮਿਲੇ ਨਾ ਮਿਲੇ ਆਪਾਂ ਪਟਿਆਲੇ ਕੈਮਰਾ ਲੈ ਕੇ ਚੱਲਦੇ ਆ ਉਹਦਾ ਬੂਹਾ ਖੜਕਾਵਾਂਗੇ ਮੈਂ ਕਹੂੰਗਾ ਸਿੱਧੂ ਸਾਹਿਬ ਆਓ 8-9 ਮਹੀਨੇ ਅਗੇ ਮੈਂ ਤੁਹਾਨੂੰ ਲੈਣ ਆਇਆ ਆਓ ਪੰਜਾਬ ਲਈ ਲੜੀਏ ਤੇਰਾ ਕੀਤੇ ਕਰਾਏ ਪਿਛਲੇ ਜਿਹੜੇ ਸਾਰੇ ਮਤਲਬ ਕੰਮ ਹੀ ਛੱਡੇ ਤੂੰ 11 ਮਹੀਨੇ 8-9 ਮਹੀਨੇ ਸਾਡੀ ਸਾਡੇ ਇਮਤਿਹਾਨ ਚੋਂ ਤੇ ਨ ਪਰ ਸਾਡੇ ਪੰਜਾਬੀਆਂ ਦੇ ਇਮਤਿਹਾਨ ਚੋਦੇ ਨੰਗ ਸਾਡੇ ਤੇ ਵਿਸ਼ਵਾਸ ਤੇ ਬਣਾ ਤੂੰ ਸਾਡੇ ਲਈ ਲੜੇਗਾ ਹਰ ਵਾਰੀ ਜਦੋਂ ਪਿਛਲੀ ਵਾਰੀ ਟਿਕਟ ਨਹੀਂ ਮਿਲੀ ਤੇ 2 ਸਾਲ ਸਿੱਧੂ ਸਾਹਿਬ ਗਾਇਬ ਹੁਣ ਜੇ ਰੱਟਾ ਪਿਆ ਤੇ 2 ਸਾਲ ਗਾਇਬ ਇੱਕ ਬੰਦੇ ਨੂੰ ਚੁਣ ਕੇ ਜਿਹਨੇ 2-2 ਸਾਲ ਮੋਸ਼ਨਲ ਹੋ ਕੇ ਗਾਇਬ ਹੋ ਜਾਣਾ ਆਪਣੇ ਨਿੱਜੀ ਲਾਲਚਾਂ ਕਰਕੇ ਕੀ ਕਰੀਓ ਦਾ ਸਾਥ ਦੇ ਕੇ ਮੈਨੂੰ ਦੱਸੋ ਮੈਂ ਫਿਰ ਕਹਿੰਦਾ ਮੇਰਾ ਮੇਰਾ ਕੋਈ ਉਹਦਾਂ ਹੰਕਾਰ ਨਹੀਂ ਮੇਰੀ ਕੋਈ ਈਗੋ ਪ੍ਰੋਬਲਮ ਨਹੀਂ ਉਹ ਜਦੋਂ ਜਦੋਂ ਬੋਲਦੇ ਨੇ ਮੈਂ ਬੋਲਦਾ ਕਿਉਂ ਆ ਕਿ ਸਿੱਧੂ ਸਾਹਿਬ ਇੰਨਾਂ ਚੀਜ਼ਾਂ ਤੇ ਜਵਾਬ ਦਓ ਨਾ ਉਹ ਬੇਦਬੀ ਦੇ ਉੱਤੇ ਲਗਾਤਾਰ ਟਵੀਟ ਕਰ ਰਹੇ ਨੇ ਤੇ ਦੋ ਸਾਲ ਤੁਸੀਂ ਕਿਉਂ ਨਹੀਂ ਕਲੋਲਾ ਕੀਤੀਆਂ ਜੇ ਤੁਸੀਂ YouTube ਦੇ ਉੱਤੇ ਹੀ ਬੋਲਣਾ ਚਾਹੁੰਦੇ ਸੀਗੇ ਇਹਨਾਂ ਚੀਜ਼ਾਂ ਦੇ ਜਵਾਬ ਵੀ ਤੇ ਨਾਲ ਸਾਨੂੰ ਚਾਹੀਦੇ ਨੇ ਨਾ ਮਤਲਬ ਚੁੱਪ ਚੁੱਪ ਬੀਤੇ ਜੋ ਤੁਸੀਂ ਬੋਲ ਦਿੱਤਾ ਅੰਧ ਭਗਤਿਆਂ ਤੁਹਾਡੇ ਬਣ ਜੀਏ ਇਹਨਾਂ ਚੀਜ਼ਾਂ ਦੇ ਉੱਤੇ ਦੋ ਸਾਲ ਚ ਪੰਜਾਬ ਚ ਨਸ਼ਾ ਕੋ ਨਹੀਂ ਮੁੱਕਿਆ ਕਦੀ ਤੁਸੀਂ ਟਵੀਟ ਕੀਤੇ ਤੁਸੀਂ ਮਿੱਠੀਆਂ ਮਿੱਠੀਆਂ ਜੀਆਂ ਕਲੋਨਾ ਕਰਦੇ ਰਹੇ ਨਾ ਕੈਪਟਨ ਮਰਿੰਦਰ ਸਿੰਘ ਦਾ ਨਾਂ ਲੈਂਦੇ ਸੀ ਨਾ ਨਰਿੰਦਰ ਮੋਦੀ ਦਾ ਖੁੱਲ ਕੇ ਲੜੋ ਨਾ ਸਾਡੇ ਪੰਜਾਬੀਆਂ ਲਈ ਸਾਡੇ ਬਣੋ ਸੈਨਾਪਤੀ ਆਓ ਲੱਗੋ ਅੱਗੇ ਨਵਜੋਤ ਸਿੰਘ ਸਿੱਧੂ ਨੇੜੇ ਆ ਕੇ ਬੇਅਦਬੀ ਤੇ ਬੋਲਦੇ ਪਰ ਅਕਾਲੀ ਆਗੂ ਇਹ ਵੀ ਕਹਿੰਦੇ ਕਿ ਨੇ ਕੌਰ ਵਿਜੇ ਪ੍ਰਤਾਪ ਵੀ ਜਾਣ ਕੇ ਕਾਂਗਰਸ ਨੂੰ ਫਾਇਦਾ ਦਿਵਾਉਣ ਦੇ ਬਾਰੇ ਮਾਮਲੇ 'ਚ ਵੋਟਾਂ ਦੇ ਨੇੜੇ ਆ ਕੇ ਚਲਾਨ ਪੇਸ਼ ਕਰਨ ਦੀ ਗੱਲਾਂ ਹੋਣ ਲੱਗੀਆਂ ਬਈ ਦੇਖੋ ਮੈਂ ਇੱਕ 30 ਅਗਸਤ ਦੀ ਇੰਟਰਵਿਊ ਸੀਗੀ ਕੱਲ ਮੈਂ ਜਾਰੀ ਕੀਤੀ ਸੀਗੀ ਇੱਕ ਕਿ ਮੈਂ ਤੇ ਇਸ ਤੋਂ ਪਹਿਲਾਂ ਕਹਿ ਚੁੱਕਾ ਕਿ ਕੈਪਟਨ ਮਰਿੰਦਰ ਸਿੰਘ ਅਕਾਲੀਆਂ ਨੂੰ ਇੰਨੀ ਸ਼ਹਿ ਦਿੰਦੇ ਸੀਗੇ ਸੁਖਬੀਰ ਬਾਦਲ ਕਦੀ ਡੀਆਈਜੀ ਨੂੰ ਗਾਲਾਂ ਕੱਢਦੇ ਨੇ ਕਦੀ ਐਸਐਸਪੀ ਨੂੰ ਗਾਲਾਂ ਕੱਢਦੇ ਨੇ ਇਹੋ ਕਾਲੀ ਨੇ ਜਿਹੜੇ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਵਾਲੇ ਸੀ ਤੇ ਬਣ ਨਹੀਂ ਸੀ ਪਾਏ ਇਹਨਾਂ ਦੀ ਸਰਕਾਰ ਪੀਟ ਹੋ ਗਈ ਤੇ ਵੀਜਲਵਾਗੇ ਸੀਗੇ ਸਾਰੇ ਕੈਪਟਨ ਮਰਿੰਦਰ ਸਿੰਘ ਮਰਜੀ ਦਾ ਪਹਿਲਵਾਨ ਸਾਹਮਣੇ ਰੱਖਿਆ ਹੋਇਆ ਦੇਖੋ ਇਹਨਾਂ ਦੋਵਾਂ ਦੇ ਦਿਮਾਗ ਇੰਨੇ ਨੇ ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਉੱਥੋਂ ਸ਼ੁਰੂ ਹੁੰਦੇ ਨੇ ਸਾਰੇ ਪੰਜਾਬ ਨੂੰ ਪਤਾ ਵੀ ਇਹ ਮੈਚ ਫਿਕਸ ਹੈ ਇਹ ਰਲੇ ਨੇ ਇੱਕ ਦੂਜੇ ਨਾਲ ਬੱਚੇ ਤੋਂ ਲੈ ਕੇ ਤੇ 80 ਸਾਲ ਦੇ ਬੁੱਢੇ ਤੱਕ ਮਜ਼ਦੂਰ ਤੋਂ ਲੈ ਕੇ ਤੇ ਵੱਡੇ ਤੋਂ ਵੱਡੇ ਇੰਡਸਟਰੀਅਲਿਸਟ ਤੱਕ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਪਰ ਉਹਨਾਂ ਨੇ ਅਜੇ ਤੱਕ ਕੋਈ ਬਦਲ ਨਹੀਂ ਆਉਣ ਦਿੱਤਾ ਤੇ ਮੈਂ ਕਿਹਾ ਸੀਗਾ ਇਹ ਮੈਂ ਅਜੇ ਤੋਂ 6-8 ਮਹੀਨੇ ਪਹਿਲਾਂ ਬੋਲ ਚੁੱਕਾ ਕਿ ਕੈਪਟਨ ਮਰਿੰਦਰ ਸਿੰਘ ਲਈ ਇਹ ਪਹਿਲਵਾਨ ਬੜੇ ਸੂਟੇਬਲ ਨੇ ਉਹ ਖੀਰ ਦੇ ਵਿੱਚ ਜਾ ਇਹਨਾਂ ਦੇ ਮਤਲਬ ਬੇਅਦਬੀ ਦੀ ਜਿਹੜੀ ਹੈਗੀ ਆ ਉਹਦੇ ਬਾਰੇ ਬੋਲ ਦੇਣਗੇ ਵੀ ਇਹ ਇਹ ਇਹਨਾਂ ਨੇ ਕੀਤੀ ਆ ਜਿਸ ਤਰ੍ਹਾਂ ਹੁਣ ਬੋਲ ਰਹੇ ਨੇ ਇਹਨਾਂ ਕੀਤੀ ਆ ਤੇ ਇਹਨਾਂ ਦੇ ਉੱਤੇ ਸਾਰਾ ਨਜਲਾ ਡਿੱਗੂਗਾ ਤੇ ਇਹਨਾਂ ਦਾ ਗਰਾਫ ਡਿੱਗ ਪੂਗਾ ਹੋਰ ਕੋਈ ਪਹਿਲਵਾਨ ਨਹੀਂ ਹੈਗਾ ਤੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਣਗੇ ਤੇ ਜੇ ਉਹਨਾਂ ਨੂੰ ਲੱਗਾ ਕਿ ਕੋਈ ਕੋ ਤੀਜੀ ਪਾਰਟੀ ਆ ਉਹਨੂੰ ਤਿਆਰ ਹੋ ਗਈ ਆ ਸਾਰਾ ਕੁਝ ਆ ਤੇ ਉਹ ਇਹਨਾਂ ਨੂੰ ਕਲੀਨ ਚਿੱਟ ਦੇ ਦੇਣਗੇ ਤੇ 8 ਮਹੀਨੇ ਪਹਿਲਾਂ ਬੋਲ ਚੁੱਕਾ ਤੇ ਸੇਮ ਉਸੇ ਪੈਟਰਨ ਤੇ ਕੰਮ ਹੋ ਰਿਹਾ ਮੈਂ ਤੇ ਨਹੀਂ ਕਹਿੰਦਾ ਕਿ ਅੱਜ ਬੋਲ ਰਿਹਾ ਮੈਂ ਤੁਹਾਨੂੰ 6 ਮਹੀਨੇ 8 ਮਹੀਨੇ ਮੇਰੀ ਫੇਸਬੁੱਕ ਤੇ ਕੱਢ ਲਓ ਉੱਤੇ ਪਈ ਹੋਈ ਹੈ ਕਿ ਜਾਂ ਇਹਨਾਂ ਨੂੰ ਕਲੀਨ ਚਿੱਟ ਦੇਣਗੇ ਜੇ ਉਹਨਾਂ ਲੱਗੂਗਾ ਵੀ ਨਹੀਂ ਮੇਰਾ ਕਰਤਾਰ ਨਹੀਂ ਐਡਾ ਉੱਚਾ ਹੋ ਰਿਹਾ ਮੈਨੂੰ ਲੋਕ ਨਹੀਂ ਪਸੰਦ ਕਰ ਰਹੇ ਤਾਂ ਇਹਨਾਂ ਨੂੰ ਸਾਫ਼ ਕਰ ਦੇਣਗੇ ਹੁਣ ਇੱਥੋਂ ਤੱਕ ਮੇਰੇ ਤੇ ਇਹ ਸੁਣਨ ਚ ਆਇਆ ਮੈਂ ਮੈਂ ਇਹਨਾਂ ਦੋਵਾਂ ਪਾਰਟੀਆਂ 'ਚ ਕੰਮ ਕੀਤਾ ਇਹ ਤੇ ਇੱਕ ਦੂਜੇ ਨੂੰ ਪੈਕੇਜ ਦੇ ਰਹੇ ਨੇ ਹੂੰ ਕਿ ਐਵ ਭਲਾਣੀ ਥਾਂ ਤੇ ਆ ਉੱਥੇ ਸਾਡਾ ਕੰਮ ਕਮਜ਼ੋਰ ਆ ਤੁਹਾਡਾ ਠੀਕ ਠਾਕ ਹੈ ਤੁਹਾਨੂੰ ਅਸੀਂ ਵੋਟਾਂ ਵੀ ਦਵਾਂਗੇ ਸਾਡਾ ਬੰਦਾ ਤੁਹਾਨੂੰ ਪੈਸੇ ਵੀ ਦੇਊਗਾ ਇਸ ਤਰੀਕੇ ਮਤਲਬ ਤੁਸੀਂ ਮੈਚ ਫਿਕਸ ਕਰਕੇ ਦੁਬਾਰਾ ਪੰਜਾਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੇ ਪੰਜਾਬੀਆਂ ਨੂੰ ਦੇਖੋ ਪੰਜਾਬੀਆਂ ਨੂੰ ਇੱਕ ਆਸ ਹੈ ਪੰਜਾਬੀਆਂ ਨੂੰ ਇੱਕ ਲੋੜ ਹੈ ਕਿ ਯਾਰ ਦੋਵੇਂ ਰਲੇ ਨੇ ਕੋਈ ਆ ਜੇ ਤੇ ਇੱਥੇ ਕਈ ਲੋਕ ਆਉਂਦੇ ਨੇ ਮੈਂ ਤੇ ਐਵੇਂ ਬਰਸਾਤੀ ਪੰਛੀ ਕਹਿੰਦਾ ਉਹਨਾਂ ਨੂੰ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਨਾ ਕਈ ਤਰ੍ਹਾਂ ਦੇ ਸੈਲੀਬ੍ਰਿਟੀ ਆ ਜਾਂਦੇ ਨੇ ਪੰਜਾਬ ਅਸੀਂ ਪੰਜਾਬ ਤੋਂ ਆ ਪੰਜਾਬ ਲਈ ਮਰਾਂਗੇ ਉਹ ਇੱਕ ਨਾ ਲੋਟਰੀ ਪਾਉਂਦੇ ਨੇ ਕਿ ਜੇ ਤੇ ਨਿਕਲ ਗਈ ਤੇ ਠੀਕ ਹੈ ਇੱਥੇ ਡਟੇ ਰਵਾਂਗੇ ਨਹੀਂ ਨਿਕਲੀ ਤੇ ਫਿਰ ਆਪਣੇ ਪਿੱਛੇ ਫਿਲਮਾਂ ਚ ਮੁੜ ਜਾਂਦੇ ਨੇ ਤੇ ਕਿੰਨੇ ਹੁਣ ਮੈਂ ਨਾਂ ਨਹੀਂ ਲੈਣੇ ਹਰ ਬੰਦੇ ਦੀ ਆਪਣੀ ਫੈਨ ਫਾਲੋਵਿੰਗ ਹੈ ਕਿੰਨੇ ਬੰਦੇ ਤੁਹਾਡੇ ਐਗਜ਼ਾਮਪਲ ਹੈ ਸਾਰੇ ਤੇ ਅਸੀਂ ਲੋਕ ਉਹ ਢੀਕਦੇ ਆ ਕੋਈ ਚੰਗਾ ਚਿਹਰਾ ਦਲੇਰ ਚਿਹਰਾ ਜਿਵੇਂ ਸਿੱਧੂ ਸਾਹਵੀਟੇ ਦਲੇਰ ਨੇ ਤੇ ਹੁਣ 8-9 ਮਹੀਨੇ ਵਜਾਉਣ ਡੰਕਾ ਤੇ ਇੱਥੇ ਡੰਕੇ ਦੀ ਝੋੜ ਤੇ ਇਹਨਾਂ ਦੇ ਇੱਟ ਨਾ ਇੱਟ ਖੜਕਾ ਦੇਣ ਤੇ ਸਾਡੇ ਮਨਾਂ ਚ ਵੀ ਮਤਲਬ ਗਲਤੀਆਂ ਜ਼ਿੰਦਗੀ ਚ ਹਰ ਇਨਸਾਨ ਤੋਂ ਹੁੰਦੀਆਂ ਨੇ ਫਿਰ ਕਿਹੜੀ ਗੱਲ ਆ ਯਾਰ ਪਰ ਤੁਸੀਂ ਨੀਤੀ ਤੇ ਸਾਫ਼ ਕਰ ਲਓ ਤੁਸੀਂ ਆਓ ਲੱਗੋ ਪੰਜਾਬ ਬਿਲਕੁਲ ਹੈ ਮਨਦੀਪ ਮੰਨਾ ਨੇ ਚੈਲੰਜ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਕੋਈ ਵੀ ਸੰਘਰਸ਼ ਲੜੋ ਕਿਸੇ ਵੀ ਮਾਮਲੇ ਦੇ ਉੱਤੇ ਲੜੋ ਪਬਲਿਕਲੀ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਆ ਕੇ ਲੜਿਆ ਜਾਵੇ ਤੇ ਉਸ ਦੇ ਵਿੱਚ ਮਨਦੀਪ ਸਿੰਘ ਮੰਨਾ ਨਵਜੋਤ ਸਿੰਘ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਪਰ ਗੱਲ ਇਹ ਹੈ ਵੀ ਲੋਕਾਂ ਦਾ ਮੁੱਦਾ ਹੋਵੇ ਤੇ ਲੋਕਾਂ ਦੇ ਲਈ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਖੁੱਲ੍ਹ ਕੇ ਲੜਿਆ ਜਾਵੇ ਟਵੀਟੋ ਟਵੀਟ ਨਾ ਹੋਇਆ ਜਾਵੇ ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬ ਲੁਕਚੇਣਾ うん。<noise>